ਜਸ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ KP ਸਿੰਘ ਕਰਦਾ। ਅਤੇ ਜਦੋਂ ਅਕਸਰ ਕੋਈ ਮੁਲਾਕਾਤ ਹੁੰਦੀ ਹੈ ਤਾਂ ਹਮੇਸ਼ਾ ਬਹੁਤ ਵੱਡੀਆਂ ਗੱਲਾਂ ਦੱਸੀਆਂ ਜਾਂਦੀਆਂ। ਅੱਜ ਵੱਡੀ ਗੱਲ ਨਹੀਂ ਕਰਨੀ, ਕਿਉਂਕਿ ਅੱਜ ਵੱਡਾ ਮਾਨ ਸਾਡੇ ਨਾਲ ਹੈ, ਗੁਰਦਾਸ ਮਾਨ। ਮਾਨ ਸਰ, ਬਹੁਤ ਸਵਾਗਤ। ਬਹੁਤ ਬਹੁਤ ਮਿਹਰਬਾਨੀ KP, ਥੈਂਕ ਯੂ ਸੋ ਮੱਚ। ਤੁਸੀਂ ਸਾਨੂੰ ਇੱਜ਼ਤ ਦਿੱਤੀ, ਸਤਿਕਾਰ ਦਿੱਤਾ, ਪਿਆਰ ਦਿੱਤਾ, ਔਰ ਤੁਹਾਡੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ, ਪਰਿਵਾਰ ਵੱਲੋਂ, ਔਰ ਵੀਡੀਓ ਦੇ ਸਾਰੇ ਉਹਨਾਂ ਕਲਾਕਾਰਾਂ ਵੱਲੋਂ, ਪੂਰੀ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਤਿਕਾਰ ਸਰ। ਬਹੁਤ ਸ਼ੁਕਰੀਆ। ਮੈਂ ਡਾਕਟਰ ਗੁਰਦਾਸ ਮਾਨ ਕਹਾਂ, ਅਤੇ ਨਾਲ ਮੈਂ ਇਹ ਕਹਾਂ ਕਿ ਡਾਕਟਰ ਗੁਰਦਾਸ ਮਾਨ ਜਾਂ ਸਮਾਜ ਵਿਗਿਆਨ, ਕੁਛ ਵੀ ਲਾਉਣ ਦੀ ਲੋੜ ਨਹੀਂ, ਸਿਰਫ ਗੁਰਦਾਸ ਜਿਹੜਾ ਹੈ ਨਾ ਉਹਦੇ 'ਚ ਸਾਰਾ ਕੁਛ, ਗੁਰਦਾਸ ਹੀ ਪਾਸ ਹੈ, ਗੁਰਦਾਸ ਹੀ ਪਾਸ। ਹਾਂ, ਬਾਕੀ ਮਾਨ ਤਾਂ ਬਖਸ਼ਣ ਵਾਲਿਆਂ ਦਾ ਮੈਂ, ਜਿਨ੍ਹਾਂ ਨੇ ਦਿੱਤਾ, ਅਤੇ ਬਾਕੀ ਜਿਹੜੀ ਡਾਕਟਰ ਦੀ ਆ ਉਪਾਧੀਆਂ, ਇਹ ਉਪਾਧੀਆਂ ਵੀ ਉਹਨਾਂ ਦੀਆਂ ਜਿਨ੍ਹਾਂ ਨੇ ਸ਼ਾਇਦ ਸੋਚਿਆ ਹੋਏ ਕਿ ਯਾਰ ਇਸ ਬੰਦੇ ਨੂੰ ਇਹ ਚੀਜ਼ ਦੇਣੀ ਚਾਹੀਦੀ। ਕੋਈ ਵੀ ਡਿਗਰੀ, ਕੋਈ ਵੀ ਮਾਨ ਸਨਮਾਨ ਉਹਦਾ ਆਪਣਾ ਨਹੀਂ ਹੁੰਦਾ, ਉਹਦੇ ਪਿੱਛੇ ਖੜੀਆਂ ਉਹਨਾਂ ਰੂਹਾਂ ਦਾ ਹੁੰਦਾ, ਜਿਨ੍ਹਾਂ ਨੇ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਇੱਕ ਥਾਪਣਾ ਦਿੱਤਾ ਹੁੰਦਾ। ਮੈਂ ਸਮਾਜ ਵਿਗਿਆਨ ਦੀ ਤਾਂ ਗੱਲ ਕੀਤੀ ਸੀ, ਤੁਸੀਂ ਪਾਣੀ ਦੀ ਗੱਲ ਕਰਦੇ ਹੋ, ਧਰਤੀ ਦੀ ਗੱਲ ਕਰਦੇ ਹੋ, ਚੁਗਿਰਦੇ ਦੀ ਗੱਲ ਕਰਦੇ ਹੋ, ਰੁੱਖਾਂ ਦੀ ਗੱਲ ਕਰਦੇ ਹੋ, ਹਮੇਸ਼ਾ ਸਮਾਜ ਬਾਰੇ ਗੱਲ। ਉਹ ਤਾਂ ਅੰਦਰ ਹੀ ਹੈ, ਹਰ ਬੰਦੇ ਦੇ ਅੰਦਰ ਹੈ ਜੀ। ਪੰਜ ਤੱਤ ਕਾ ਪੁਤਲਾ ਨਾਨਕ ਮੇਰਾ ਨਾਮ, ਹਾਂਜੀ, ਉਹ ਤਾਂ ਹਰ ਬੰਦੇ ਦੇ ਅੰਦਰ ਹੀ ਹੈ ਜੀ। ਪੰਜ ਤੱਤ ਸਮਾਏ ਹੋਏ, ਕੋਈ ਉਹਨਾਂ ਦੀ ਗੱਲ ਕਰ ਲੈਂਦਾ, ਕੋਈ ਨਹੀਂ ਕਰਦਾ, ਕੋਈ ਕੋਈ ਚੀਜ਼ ਦੇਖ ਕੇ ਉਸਨੂੰ ਪਤਾ ਨਹੀਂ ਲੱਗਦਾ ਕਿ ਯਾਰ ਸਾਹਮਣੇ ਕੀ ਚੀਜ਼ ਹੈ, ਕੋਈ ਉਸਨੂੰ ਦੇਖਦੇ ਉੱਤੇ ਉੱਥੇ ਥੀਸਿਸ ਲਿਖਣ ਲੱਗ ਪੈਂਦਾ ਉਹਨੂੰ। ਆਪਣੀ ਆਪਣੀ ਸੋਚ ਹੈ, ਆਪਣਾ ਆਪਣਾ ਨਜ਼ਰੀਆ ਬਾਬੇ। ਤੁਸੀਂ ਹੁਣ ਵੀ ਬਾਬਾ ਜੀ ਸ਼ਬਦ ਵਰਤਿਆ, ਤੁਸੀਂ ਇਹ ਵੀ ਕਹਿੰਦੇ ਹੋ ਬਹਿ ਕੇ ਦੇਖ ਬਾਬੇ, ਤੁਸੀਂ ਤਾਂ ਬਹਿੰਦੇ ਨਹੀਂ ਜਦੋਂ ਸਟੇਜ ਤੇ ਜਾਂਦੇ ਹੋ। ਮੈਂ ਬੈਠਾ ਨਹੀਂ, ਨਾ ਕਿ ਬਾਬਿਆਂ ਵਾਂਗ ਕਦੇ ਲੱਗਦੇ ਹੋ। ਬਾਬਾ ਜੀ ਜਿਹੜਾ ਸ਼ਬਦ ਹੈਗਾ ਉਹ ਸ਼ਿਵ ਕੁਮਾਰ ਬਟਾਲਵੀ ਸਾਹਿਬ ਇਸਤੇਮਾਲ ਕਰਦੇ ਨੇ, ਬਾਬਿਓ, ਪਿਆਰ ਨਾਲ ਬਾਬਿਓ ਸ਼ਬਦ ਇਸਤੇਮਾਲ ਕਰਦੇ। ਮੈਂ ਉਹਨਾਂ ਦਾ ਬਹੁਤ ਮੁਰੀਦ ਸੀਗਾ, ਔਰ ਜਦੋਂ ਕਿਸੇ ਦਾ ਕੋਈ ਮੁਰੀਦ ਹੋਵੇ, ਕਾਇਲ ਹੋਵੇ ਕਿਸੇ 'ਤੇ, ਔਰ ਉਸ ਦੀ ਅੰਦਰ ਉਹਦੀ ਖੁਸ਼ਬੂ ਅੰਦਰ ਧਾਰਨਾ ਸ਼ੁਰੂ ਹੋ ਜਾਂਦੀ ਹੈ, ਉਹਦੇ ਲਫ਼ਜ਼ ਵੀ ਉਹਦੇ ਬਣ ਜਾਂਦੇ ਹੋ, ਮਤਲਬ ਇੰਨਾ ਪਿਆਰ ਕਰਦਾ, ਅਤੇ ਉਹਦੀ ਸ਼ਾਇਰੀ ਦਾ ਵੀ ਰੰਗ ਉਹਦੇ 'ਤੇ ਚੜ੍ਹਨਾ ਸ਼ੁਰੂ ਹੋ ਜਾਂਦਾ, ਉਹਦੀ ਅਦਾਇਗੀ ਦਾ, ਉਹਦੇ ਬੋਲਚਾਲ ਦਾ ਵੀ ਅੰਦਾਜ਼ ਉਹਦੇ ਅੰਦਰ ਸਮਾਉਣਾ ਸ਼ੁਰੂ ਹੋ ਜਾਂਦਾ। ਸੋ ਮੈਂ ਬਾਬਿਓ ਸ਼ਬਦ ਉਹਨਾਂ ਤੋਂ ਸ਼ੁਰੂ ਹੋਇਆ। ਤੁਸੀਂ ਫਿੱਟ ਬਣੇ ਹੋ? ਨਹੀਂ, ਉਹ ਫਿਟਨੈਸ, ਕਿਉਂਕਿ ਮੈਂ ਫਿਟਨੈਸ ਦੇ ਵਿੱਚ ਰਿਹਾ, ਫਿਜ਼ੀਕਲ ਕਾਲਜ ਦੇ ਵਿੱਚ ਰਿਹਾ, ਫਿਜ਼ੀਕਲ ਐਜੂਕੇਸ਼ਨ ਪੜ੍ਹੀ ਹੈ, ਪੜ੍ਹਾਈ ਵੀ ਹੈ ਥੋੜ੍ਹੀ ਜਿਹੀ, ਔਰ ਫਿਰ NIS ਦੇ ਵਿੱਚ ਤਾਂ ਹੋਰ ਹੀ ਗੱਲ ਮੁੱਕ ਗਈ। ਸੋ ਸਾਰੀ ਉਮਰ ਖੇਡੀ ਹੈ, ਜ਼ਿਆਦਾਤਰ ਖੇਡੀ ਹੈ, ਬੜੇ ਗਰਾਊਂਡ 'ਚ ਖੇਡਦੇ ਖੇਡਦੇ ਗੁਰਦਾਸ ਗੀਤਾਂ ਦੇ ਅਖਾੜੇ ਕਿਵੇਂ ਲਾਉਣ ਲੱਗ ਪਏ? ਮੈਨੂੰ ਪਿੱਛੇ ਵੀ ਜਾਣਾ ਪਊਗਾ। ਜਿਹੜੇ ਮਹਿਫਲਾਂ ਦੇ ਵਿੱਚ ਮਨਜ਼ੂਰ ਹੋ ਗਏ, ਉਹ ਅਖਾੜਿਆਂ 'ਚ ਵੀ ਮਨਜ਼ੂਰ ਹੋ ਗਏ। ਬੱਚਿਆਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਮਹਿਫਲ ਹੁੰਦੀ ਹੈ, ਉਹ ਵੀ ਆਪਣੇ ਆਪ 'ਚ ਇੱਕ ਕਵਾਲੀ ਨੁਮਾਈ ਹੁੰਦਾ, ਵਰਾਇਟੀ ਪ੍ਰੋਗਰਾਮ ਹੀ ਹੁੰਦਾ। ਕੋਈ ਕੁਛ ਕੋਈ ਚੁਟਕਲਾ ਸੁਣਾਉਣ ਵਾਲਾ ਹੁੰਦਾ, ਕੋਈ ਸੀਟੀ ਨਾਲ ਗਾਣਾ ਗਾਉਣ ਵਾਲਾ ਹੁੰਦਾ, ਕੋਈ ਮਮਿਕਰੀ ਕਰਨ ਵਾਲਾ ਹੁੰਦਾ। ਇਹ ਇਸੇ ਤਰ੍ਹਾਂ ਹੀ ਗੁਰਦਾਸ ਇੱਕ ਗਾਉਣ ਵਾਲਾ ਸੀ ਉਹਨਾਂ ਦੇ ਵਿੱਚੋਂ, ਔਰ ਮੈਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਮੈਂ ਵੱਡਾ ਹੋ ਕੇ ਪ੍ਰੋਫੈਸ਼ਨਲੀ ਸਿੰਗਰ ਬਣੂੰਗਾ, ਜਾਂ ਰਾਈਟਰ ਮੇਰੇ ਦੇ ਨਾਲ ਵੀ ਲੱਗ ਜਾਣਾ ਕਿ ਮੈਂ ਸ਼ਾਇਰ ਵੀ ਹਾਂ, ਐਕਟਰ ਲੱਗ ਜਾਣਾ, ਇਹ ਵੀ ਮੈਨੂੰ ਪਤਾ ਨਹੀਂ। ਮੈਂ ਇਹੀ ਸਵਾਲ ਪੁੱਛਣਾ ਸੀਗਾ, ਕੀ ਸੰਬੋਧਨ ਕਰੀਏ ਤੁਹਾਨੂੰ? ਕੁਛ ਕਰਨ ਦੀ ਲੋੜ ਨਹੀਂ, ਗੁਰਦਾਸ ਦੇ ਵਿੱਚ ਸਾਰਾ ਕੁਛ ਹੈ। ਮੈਂ ਤਾਂ ਹੀ ਕਿਹਾ ਗੁਰਦਾਸ ਦੇ ਵਿੱਚ ਸਾਰਾ ਕੁਛ ਹੈ, ਇਕੱਲਾ ਗੁਰਦਾਸ। ਹਾਂ, ਗੁਰੂਦਾਸੋਂ ਕਾ ਦਾਸ ਮਰਿਆੰਗ ਸੰਗ੍ਰਹੋ ਹਮੇਸ਼ਾ। ਤੁਸੀਂ ਪਾਣੀਆਂ ਦੀ ਗੱਲ ਕਰਦੇ ਹੋ, ਧਰਤੀ ਦੀ ਗੱਲ ਕਰਦੇ ਹੋ, ਅਤੇ ਪਾਣੀਆਂ ਦੀ ਗੱਲ ਕਰਦੇ, ਕਦੇ ਕਦੇ ਬਾਣੀਆਂ ਦੀ ਗੱਲ ਕਰਦੇ, ਬਾਣੀਆਂ ਦੀ ਗੱਲ ਕਰਦੇ, ਹਾਣੀਆਂ ਦੀ ਗੱਲ ਕਰਦੇ, ਜਵਾਨੀ ਦੀ ਗੱਲ ਕਰਦੇ, ਜਵਾਨੀਆਂ ਦੀ ਗੱਲ ਕਰਦੇ, ਹੀਰ ਦੀ ਗੱਲ ਕਰਦੇ, ਧੀ ਦੀ ਗੱਲ ਕਰਦੇ, ਪੰਜਾਬ ਦੀ ਗੱਲ ਕਰਦੇ। ਅੱਜ ਪੰਜਾਬ ਨੂੰ ਕਿੱਥੇ ਦੇਖਦੇ ਆ ਗੁਰਦਾਸ ਮਾਨ? ਤੁਸੀਂ ਸ਼ਾਇਦ ਪੰਜਾਬ ਦੇਖਿਆ ਹੋਏਗਾ, ਇਸ ਤੋਂ ਪਹਿਲਾਂ ਜਿਹੜੀ ਵੀਡੀਓ ਆਈ ਸੀ, ਜਿਹੜੀ ਐਲਬਮ ਜਿਹੜੀ ਅਸੀਂ ਰਿਲੀਜ਼ ਕੀਤੀ,
ਮੇਰੇ ਖਿਆਲ ਉਹਦਾ ਤੀਸਰਾ ਸੌਂਗ ਹੈ, ਇਹ ਸ਼ਬਦ ਹੈ ਜੀ ਜਿਸ ਨੂੰ ਰਿਲੀਜ਼ ਕੀਤਾ ਗਿਆ ਵੀਡੀਓ ਬਤੌਰ ਵੀਡੀਓ ਬਣਾ ਕੇ। ਸੋ ਤੁਸੀਂ ਪੰਜਾਬ ਦੇ ਵਿੱਚ ਦੇਖ ਹੀ ਲਏਗਾ ਪੰਜਾਬ ਕਿੱਥੇ। ਅਫਸੋਸ ਹੁੰਦਾ ਗੁਰਦਾਸ ਮਾਨ ਨੂੰ ਅੱਜ ਦਾ ਪੰਜਾਬ ਦੇਖ ਕੇ ਅਤੇ ਉਹਦਾ ਪੰਜਾਬ ਜਿਹੜੇ ਜਿਹੜੇ ਪੰਜਾਬ 'ਚੋਂ ਗੁਰਦਾਸ ਮਾਨ ਨਿਕਲੇ ਆ, ਮੈਂ ਅਸੀਂ ਦੇ ਹੱਕ ਦੀ ਗੱਲ ਕਰਦਾ। ਪੰਜਾਬ ਦੇ ਵਿੱਚ ਹਮੇਸ਼ਾ ਹੀ ਜਾਂ ਤਾਂ ਜਦੋਂ ਵੀ ਕੋਈ ਹਮਲਾ ਹੋਇਆ, ਕੋਈ ਵੀ ਅਟੈਕ ਹੋਇਆ, ਪੰਜਾਬ ਨੂੰ ਪਹਿਲਾਂ ਜਿਹੜੇ ਦੁਸ਼ਮਣਾਂ ਨੇ ਪਹਿਲਾਂ ਨਜ਼ਰ ਰੱਖੀ ਉਹਦਾ, ਪੰਜਾਬ ਨੂੰ ਪਹਿਲਾਂ ਵੱਡੇ ਨੂੰ ਸਿੱਟੋ, ਬਾਕੀ ਆਪੇ ਆ ਜਾਣਗੇ। ਸੋ ਜਿਹੜਾ ਵੀ ਹਮਲਾ ਹੋਇਆ ਪਹਿਲਾਂ ਪੰਜਾਬ ਨੂੰ ਝੇਲਣਾ ਪਿਆ। ਇਸ ਕਰਕੇ ਪੰਜਾਬੀ ਕਦੇ ਹਾਰੇ ਨਹੀਂ, ਕਦੇ ਥੱਕੇ ਨਹੀਂ, ਕਦੇ ਅੱਕੇ ਨਹੀਂ। ਇਹ ਉਸ ਵੇਲੇ ਦੀਆਂ ਗੱਲਾਂ ਨੇ, ਅੱਕੇ ਨਹੀਂ, ਕਦੇ ਥੱਕੇ ਨਹੀਂ। ਮਗਰ ਹੁਣ ਨਸ਼ੇ ਇਹੋ ਜਿਹੇ ਚੱਲ ਪਏ ਕਿ ਹੁਣ ਪੰਜਾਬੀ ਜਿਹੜੇ ਆਉਣ ਵਾਲੀਆਂ ਨਸਲਾਂ ਉਹ ਥੱਕ ਵੀ ਗਈਆਂ, ਅੱਕ ਵੀ ਗਈਆਂ ਉਹ ਸਾਰੀਆਂ ਚੀਜ਼ਾਂ ਤੋਂ, ਕਿਉਂਕਿ ਜਿਹੜੀ ਚੀਜ਼ ਖਾ ਵੀ ਰਹੇ ਹਾਂ ਉਹਦੇ 'ਚ ਵੀ ਨਹੀਂ ਸਾਨੂੰ ਪਤਾ ਕਿ ਇਹਦੇ 'ਚ ਕੀ ਪਾਇਆ ਹੋਇਆ, ਜਿਹੜੀ ਚੀਜ਼ ਬੀਜੀ ਗਈ ਹੈ ਉਹ ਵੀ ਪਤਾ ਨਹੀਂ ਕਿ ਉਹਦੇ ਵਿੱਚ ਕੀ ਹੈ। ਸੋ ਜਿਹੜੀ ਚੀਜ਼ ਸਾਨੂੰ ਵਰਤਾਈ ਜਾ ਰਹੀ ਹੈ ਉਹਦੇ 'ਚ ਵੀ ਨਹੀਂ ਪਤਾ ਸਾਨੂੰ ਅਸੀਂ ਕੀ ਖਾ ਰਹੇ ਹਾਂ, ਕੀ ਪੇਸ਼ ਕਰ ਰਹੇ ਹਾਂ, ਕੀ ਪਰੋਸ ਰਹੇ ਹਾਂ ਅਸੀਂ। ਸੋ ਜਿਹੜੀ ਜਿਹਦੇ ਬਾਰੇ ਪਤਾ ਨਾ ਹੋਵੇ ਉਸ ਲਈ ਸੁਚੇਤ ਹੋਣ ਦੀ ਜ਼ਰੂਰਤ ਹੈ, ਜਾਗਰਤ ਹੋਣ ਦੀ ਜ਼ਰੂਰਤ ਹੈ, ਨਸਲਾਂ ਨੂੰ ਫਸਲਾਂ ਨੂੰ ਬਚਾਉਣ ਦੀ ਜ਼ਰੂਰਤ ਹੈ, ਪਾਣੀਆਂ ਨੂੰ ਬਚਾਉਣ ਦੀ ਜ਼ਰੂਰਤ ਹੈ, ਜਵਾਨੀਆਂ ਨੂੰ ਬਚਾਉਣ ਦੀ ਜ਼ਰੂਰਤ ਹੈ। ਸੋ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਗੀਤਾਂ ਦੇ ਜ਼ਰੀਏ, ਜਿਵੇਂ ਮੈਂ ਪਹਿਲਾਂ ਵੀ ਸ਼ੁਰੂ ਤੋਂ ਆਇਆ ਕਿ 1984 ਜਦੋਂ ਹੋਇਆ ਸੀਗਾ ਉਦੋਂ ਗੀਤ ਲਿਖਿਆ ਸੀ ਮੈਂ, ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ, ਅੱਜ ਮੇਰੇ ਪੁੱਤਰਾਂ ਨੇ ਲੁੱਟਿਆ ਜੋ ਕੁਛ ਮੇਰਾ ਸੀ, ਮੈਂ ਉਦੋਂ ਵੀ ਗੱਲ ਕੀਤੀ ਸੀ। ਜੇ ਮੈਂ ਸਿੱਧੇ ਸ਼ਬਦਾਂ ਵਿੱਚ ਮਾਨ ਸਾਹਿਬ ਪੁੱਛਾਂ ਤੁਹਾਡੇ ਤੋਂ, ਪਾਣੀ ਅਤੇ ਜਵਾਨੀ ਸਾਡੇ ਤੋਂ ਸਾਂਭੀ ਨਹੀਂ ਜਾਂਦੀ? ਪਾਣੀ ਤੁਸੀਂ ਦੇ ਕੇ ਨਹੀਂ ਰਾਜੀ ਕਿਸੇ ਨੂੰ, ਪਾਣੀ ਪਿਲਾ ਕੇ ਨਹੀਂ ਰਾਜੀ ਕਿਸੇ ਨੂੰ। ਪਾਣੀ ਸਭ ਤੋਂ ਵੱਡੀ ਚੀਜ਼ ਹੈ, ਸਭ ਤੋਂ ਪਹਿਲਾਂ ਆਏ ਘਰੇ ਬੰਦੇ ਨੂੰ ਪਹਿਲਾਂ ਪਾਣੀ ਪੁੱਛਦੇ ਹਾਂ ਕਿ ਯਾਰ ਇਹਨੂੰ ਪਾਣੀ ਪਿਲਾਓ, ਪਾਣੀ ਤਾਂ ਨਹੀਂ ਪਿਲਾਇਆ ਕਿ ਨਹੀਂ? ਤੁਸੀਂ ਪੰਜਾਬ ਦਾ ਜ਼ਿਕਰ ਵਾਰ ਵਾਰ, ਜਵਾਨੀ ਨੂੰ ਸੰਭਾਲਦੇ, ਹੜ੍ਹ ਦਾ ਪਾਣੀ ਨਹੀਂ ਸੰਭਾਲਿਆ ਜਾਣਾ, ਜਵਾਨੀ ਤਾਂ ਹੜ੍ਹ ਦੇ ਪਾਣੀ ਤੋਂ ਵੀ ਖਤਰਨਾਕ। ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ, ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ, ਰੋਕੋ ਵੇ ਰੋਕੋ ਮੇਰੇ ਰਹਿਨਮਾ, ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ। ਤੁਸੀਂ ਪੰਜਾਬ ਦਾ ਜ਼ਿਕਰ ਕੀਤਾ ਮਾਨ ਸਾਹਿਬ ਵਾਰ ਵਾਰ, ਆਪਣਾ ਪੰਜਾਬ ਹੋਵੇ ਅਤੇ ਪੰਜਾਬ ਵੱਡੇ ਗੱਲ ਅਤੇ ਪੰਜਾਬ ਜਿਹੜਾ ਗੀਤ ਤੁਸੀਂ ਐਲਬਮ ਪਿੱਛੇ ਤੁਹਾਡੀ ਆਈ ਹੈਗੀ ਹੈ, ਇੰਝੋ ਨੇੜੇ ਕਿਹੜਾ ਤੁਹਾਡੇ, ਕਿਹੜਾ ਪੰਜਾਬ ਨੇੜੇ? ਮੇਰੇ ਸਾਰੇ ਪੰਜਾਬ ਨੇੜੇ ਹੈ, ਚਾਹੇ ਉਹ ਉੱਧਰ ਦਾ ਹੋਵੇ, ਚਾਹੇ ਇੱਧਰ ਦਾ ਹੋਵੇ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦਾ ਹੋਵੇ, ਚਾਹੇ ਉਹ ਹੁਣ ਦੀ ਸਰਕਾਰਾਂ ਦਾ ਹੋਵੇ, ਪੰਜਾਬ ਪੰਜਾਬ ਹੀ ਹੈ, ਪੰਜਾਬ ਸਾਡੇ ਅੰਦਰ ਵਸਿਆ ਹੋਇਆ, ਇਸੇ ਨੂੰ ਪਿੰਡ ਕਹਿੰਦੇ ਹਾਂ। ਗਿਆ ਗਿਆ ਗੱਲ ਮੁੱਕਦੀ ਨਾ ਹੀ, ਭਾਵੇਂ ਕਿਤਨੇ ਪਿੰਡ ਭਰਾਈ ਹੈ, ਬੁੱਲੇ ਸ਼ਾਹ ਗੱਲ ਤਾਂ ਹੀ ਮੁੱਕਦੀ ਜਦ ਮੈਂ ਇਹਨੂੰ ਪਰੇ ਹਟਾਈ। ਜਦੋਂ ਇਹ ਚੀਜ਼ਾਂ ਦੂਰ ਹੋ ਜਾਣੀਆਂ, ਜਦੋਂ ਇਹ ਸੋਚ ਦੇ ਵਿੱਚੋਂ ਈਗੋ ਖਤਮ ਹੋ ਜਾਣੀ ਹੈ, ਤਾਂ ਫਿਰ ਸ਼ਾਇਦ ਪਿਆਰ ਸਤਿਕਾਰ ਦਾ ਨਾ ਹੀ ਜਿਹੜਾ ਸਾਡੇ ਗੁਰੂ ਸਾਹਿਬ ਵੰਡਦੇ ਆਏ ਹਾਂ, ਸਰਬੱਤ ਦਾ ਭਲਾ ਮੰਗਦੇ ਆਏ ਹਾਂ, ਜੇ ਉਸ ਦੇ ਨਕਸ਼ੇ ਕਦਮ 'ਤੇ ਜੇ ਨਹੀਂ ਚੱਲ ਸਕੇ ਅਸੀਂ, ਤਾਂ ਫਿਰ ਪੰਜਾਬ ਆਉਣ ਵਾਲੇ ਦਿਨਾਂ 'ਚ ਕੁਛ ਹੋਰ ਹੋਏਗਾ, ਬੰਦੇ ਕੁਛ ਹੋਰ ਹੋਊਗਾ। ਅਸੀਂ ਪੰਜਾਬ ਬਾਰੇ ਜ਼ਿਆਦਾ ਨਕਾਰਾਤਮਕ ਹੋ ਗਏ ਹਾਂ ਜਾਂ ਹਾਲਾਤ ਇੱਦਾਂ? ਸਾਰੇ ਪਾਸੇ ਹੋ ਗਿਆ ਬਾਬਾ ਜੀ, ਇਹ ਨਹੀਂ ਹੈ ਕਿ ਇਕੱਲਾ ਸਿਰਫ ਪੰਜਾਬ ਦੀ ਗੱਲ ਅਸੀਂ ਕਰ ਰਹੇ ਹਾਂ, ਪੂਰੇ ਗਲੋਬ ਦੀ ਗੱਲ ਕਰ ਰਹੇ ਹਾਂ ਅਸੀਂ ਇਸ ਵੇਲੇ। ਪੰਜਾਬ ਸਾਡੇ ਵਾਸਤੇ ਗਲੋਬ ਹੀ ਹੈ, ਪੂਰੇ ਕਿਸੇ ਇੱਕ ਜਗ੍ਹਾ ਦੀ ਗੱਲ ਕਰਦੇ ਹੋ ਤੁਸੀਂ, ਸਾਰੇ ਪਾਸੇ ਇਹੀ ਦੇਖੋ, ਸਾਰੇ ਪਾਸੇ ਕੁਛ ਇਹੀ ਚੱਲ ਰਿਹਾ। ਸਭ ਸੋਚਦੇ ਹੈ ਅਕਸਰ ਕਿ ਪਹਿਲੇ ਸਲਾਮ ਮੈਂ ਕਿਉਂ ਕਰੂੰ, ਮੈਂ ਕਿਸੇ ਸੇ ਕਮ ਨਹੀਂ, ਮੈਂ ਕਿਸੇ ਸੇ ਕਿਉਂ ਡਰੂੰ। ਪਹਿਲੀ ਸਲਾਮ ਹੀ ਦਰਅਸਲ ਉਸ ਰੱਬ ਕੋ ਮਨਜ਼ੂਰ ਹੈ, ਦੂਸਰੀ ਤੋਂ ਦੂਸਰੀ ਪਹਿਲੀ ਸੇ ਕੋਸੋਂ ਦੂਰ ਹੈ, ਜਿਹੜਾ ਪਹਿਲਾਂ ਚੁੱਕਿਆ ਸਲਾਮ ਤਾਂ ਉਸਦੀ ਉਹ ਹੈ, ਬਾਕੀ ਤਾਂ ਐਂ ਕਿਸੇ ਨੇ ਕੀਤਾ ਜਾਂ ਨਾ ਕੀਤਾ। ਤੁਹਾਡੇ ਜੀ ਦੀ ਹਲੀਮੀ ਕਿਵੇਂ ਆ? ਮੈਂ ਇੱਕ ਵਾਰੀ ਮੈਂ ਤੁਹਾਡੀ ਸਟੇਜ ਦੇਖੀ ਸੀਗੀ, ਉੱਥੇ ਇੱਕ ਛੋਟਾ ਜਿਹਾ ਬੱਚਾ ਸੀਗਾ, ਬੋਰਨ ਬਰੋਟ ਅਪ ਉਹਦਾ ਫੋਰਨ ਦਾ ਸੀਗਾ, ਉਹ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਸੀਗਾ। ਨਹਿਰੂ ਸਟੇਡੀਅਮ ਫਰੀਦਕੋਟ ਦੀ ਗੱਲ ਕਰਨਾ, ਉੱਥੇ ਤੁਸੀਂ ਉਹਦੇ ਪੈਰੀ ਹੱਥ ਲਾਏ ਸੀ, ਉਹਨੇ ਪੰਜਾਬੀ 'ਚ ਕੁਛ ਸ਼ਬਦ ਬੋਲੇ ਸੀ, ਤੁਸੀਂ ਕੁਛ ਉਹਨੂੰ ਇਨਾਮ ਵੀ ਦਿੱਤਾ ਸੀਗਾ, ਉਹਨੇ ਮਨਾ ਕਰਤਾ, ਬੱਚਾ ਛੋਟਾ ਸੀ, ਘਰਦਿਆਂ ਨੇ ਦੱਸਿਆ ਸੀਗਾ ਵੀ ਐਵੇਂ ਕਿਸੇ ਤੋਂ ਪੈਸੇ ਨਹੀਂ ਲੈਣੇ, ਉਹਦੇ ਫਾਦਰ ਭੱਜ ਕੇ ਆਏ, ਇਹ ਮਾਨ ਸਾਹਿਬ ਦੇ ਰਹੇ ਆ ਲੈਲਾ ਜੀ ਮਹਿਤਾ।
ਮੇਰਾ ਖਿਆਲ ਹੈ ਇਹ ਅਭਿਆਸ ਕਰਨ ਨਾਲ ਹੀ ਆਉਣੀ। ਜੇ ਤੁਸੀਂ ਉਸਨੂੰ ਕਿਸੇ ਚੀਜ਼ ਦਾ ਅਭਿਆਸ ਕਰੋਗੇ ਤਾਂ ਹੀ ਆਉਣੀ। ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਪੂਰੀਆਂ, ਪਰ ਇਹ ਛੱਡੀਆਂ ਜਾ ਸਕਦੀਆਂ ਜੇ ਉਹਦੀ ਪ੍ਰੈਕਟਿਸ ਕੀਤੀ ਜਾਏ ਕਿ ਉਸਨੂੰ ਰੋਜ਼ ਮੱਦੇਨਜ਼ਰ ਰੱਖਿਆ ਜਾਏ ਕਿ ਮੈਂ ਯਾਰ ਇਹ ਚੀਜ਼ ਨਹੀਂ ਕਰ। ਇਹ ਅਸੀਂ ਸਿੱਖੀ ਘਰ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਤੁਸੀਂ ਲਾਓ ਕਿ ਜਿਹੜੀ ਗੁਰਬਾਣੀ ਦਾ ਕਿਸੇ ਦੇ ਅੰਦਰ ਥੋੜ੍ਹਾ ਜਿਹਾ ਵੀ ਬੂੰਦ ਵੀ ਅੰਦਰ ਉਹਦੇ ਸਮਾ ਗਈ ਨਾ, ਅਤੇ ਉਹਦੇ 'ਚ ਨਿਮਰਤਾ ਹਲੀਮੀ ਆਉਣੀ ਲਾਜ਼ਮ ਹੈ ਜੇ ਸਹੀ ਮਾਨੇ ਦੇ ਨਾਲ ਉਹ ਪੜ੍ਹੀ ਜਾਵੇ, ਜੇ ਉਸਨੂੰ ਪੜ੍ਹਿਆ ਜਾਵੇ, ਵਿਚਾਰਿਆ ਜਾਵੇ। ਬਾਕੀ ਤਾਂ ਦੁਨੀਆਂ ਦੇ ਵਿੱਚ ਐਂ ਕਿਸੇ ਨੂੰ ਹੱਥ ਲਾ ਕੇ ਦੇਖੋ ਫਿਰ ਪਤਾ ਲੱਗਦਾ ਕਿ ਕਿੰਨਾ ਕਰੰਟ ਇਹਦੇ 'ਚ। ਤੂੰ ਮੈਨੂੰ ਹੱਥ ਕਿਉਂ ਲਾਇਆ ਹੋਇਆ? ਮੈਂ ਭਾਈ ਲੱਗ ਗਿਆ ਭਾਵਾ, ਫਿਰ ਕੀ ਹੋ ਗਿਆ? ਮਾਫ਼ ਕਰ ਦੇ। ਕਹਿ ਵੀ ਸਾਡਾ ਡਰਾਈਵਰ ਗੱਡੀ ਕੱਢ ਕੇ ਲੈ ਜਾਂਦਾ ਬਿਜਲੀ, ਅੱਗੇ ਜਾ ਕੇ ਟ੍ਰੈਫਿਕ ਵਾਲੇ ਘੇਰ ਲੈਂਦੇ ਆ। ਪਹਿਲਾਂ ਤਾਂ ਉਹਦੇ ਨਾਲ ਹੀ ਚੱਲਦੀ ਹੈ ਡਿਸਕਸ਼ਨ ਕਿ ਹਾਂ ਲਿਆਓ ਪੇਪਰ ਲਿਆ ਜ਼ਰਾ। ਤੈਨੂੰ ਪਤਾ ਨਹੀਂ ਇਹ ਗੱਡੀ ਤੁਸੀਂ ਕੱਢੀ ਕਿਵੇਂ ਕੱਢੀ ਦੀ? ਰੈੱਡ ਲਾਈਟ ਦੇਖੀ ਹੈ, ਗ੍ਰੀਨ ਲਾਈਟ ਨਹੀਂ ਦੇਖੀ? ਉਹ ਸਾਰੀਆਂ ਚੀਜ਼ਾਂ ਸਮਝਾਉਂਦੇ ਆ। ਉਹ ਫਿਰ ਆਪਣੇ ਤਰੀਕੇ ਨਾਲ ਬੋਲਦਾ ਉਹ, ਕਿਉਂਕਿ ਹਰ ਬੰਦੇ ਦੇ ਸੁਭਾਅ ਦੇ ਵਿੱਚ ਹੈ ਉਹ। ਕੌਣ ਹੈ ਗੱਡੀ ਦੇ ਵਿੱਚ ਬੈਠਾ? ਪਿੱਛੇ ਸ਼ੀਸ਼ਾ ਖੋਲੀ ਦਾ। ਬਾਬਾ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ? ਪਹਿਲਾਂ ਤੁਹਾਡੀ ਡਿਊਟੀ ਸੀ ਬਾਬਾ ਜੀ, ਤੁਹਾਡਾ ਕੰਮ ਸੀਗਾ, ਉਸ ਬੰਦੇ ਨੂੰ ਡਾਂਟਣਾ ਵੀ ਜ਼ਰੂਰੀ ਸੀਗਾ। ਔਰ ਜੇ ਇਸ ਦਾ ਕੁਛ ਹਰਜਾਨਾ ਭਰਨਾ ਤਾਂ ਪਲੀਜ਼ ਇਹਨੂੰ ਕਹੋ ਭਰੇ ਹੋ। ਰੂਲ ਐਂਡ ਰੈਗੂਲੇਸ਼ਨਸ ਜੇ ਬੰਦਾ ਜਿਹੜਾ ਤੁਸੀਂ ਆਪ ਨਹੀਂ ਕਰਦੇ ਤਾਂ ਦੱਸੋਗੇ ਕੀ ਬਾਬਾ ਜੀ? ਤੁਸੀਂ ਆਪ ਗਲਤੀਆਂ ਕਰਦੇ ਹੋ ਤਾਂ ਸਮਝਾਓਗੇ ਕੀ? ਸੋ ਹਲੀਮੀ ਐਸਾ ਪਾਠ ਹੈ, ਨਿਮਰਤਾ ਐਸਾ ਪਾਠ ਹੈ, ਘਰ 'ਚੋਂ ਹੀ ਇਸ ਸੰਸਕਾਰ ਦੇ ਵਿੱਚੋਂ ਹੀ ਮਿਲਦੀਆਂ ਚੀਜ਼ਾਂ। ਸਾਡੇ ਦਾਦੀ ਜੀ, ਸਾਡੇ ਦਾਦਾ ਜੀ, ਬਹੁਤ ਸ਼ਾਇਦ ਉਹਨਾਂ ਦੀ ਤਪੱਸਿਆ ਹੋਏਗੀ ਜਿਹਦੇ ਵਿੱਚ ਮੈਨੂੰ ਮੇਰੇ ਹਿੱਸੇ ਆਈ ਹੁਣ ਮਾੜੀ ਮੋਟੀ। ਗੁਰਦਾਸ ਮਾਨ ਨੇ ਇੰਨਾ ਲੰਬਾ ਪੈੜਾ ਤੈਅ ਕੀਤਾ ਹੈਗਾ, ਮਾਨ ਸਾਹਿਬ ਨੂੰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੀ ਗਲਤੀ ਲੱਗੀ ਹੋਵੇ, ਕੋਈ ਇਹੋ ਜਿਹਾ ਅਫਸੋਸ ਕਿਸੇ ਗੱਲ 'ਤੇ ਲੱਗਿਆ ਹੋਵੇ, ਕੋਈ ਸਾਂਝੀ ਕਰਨਾ ਚਾਹੁੰਦੇ? ਨਹੀਂ, ਇਹ ਗੱਲਾਂ ਸਾਂਝੀਆਂ ਕਰਨ ਵਾਲੀਆਂ ਨਹੀਂ ਹੁੰਦੀਆਂ, ਕਿਉਂਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਗਲਤੀਆਂ ਜ਼ਿੰਦਗੀ 'ਚ ਹੋਈਆਂ ਹੁੰਦੀਆਂ। ਜੇ ਸਾਰੀਆਂ ਉਹ ਸ਼ੇਅਰ ਕਰਨ ਲੱਗ ਜਾਈਏ ਤਾਂ ਫਿਰ ਇਹ ਤਾਂ ਆਟੋਬਾਇਓਗ੍ਰਾਫੀ ਲਿਖਣ ਵਾਲੀ ਗੱਲ ਹੋ ਜਾਂਦੀ। ਸੋ ਬਹੁਤ ਪਿਆਰ ਸਤਿਕਾਰ ਜਦੋਂ ਵੀ ਮਿਲਿਆ, ਇੱਜ਼ਤ ਮਿਲੀ, ਮਾਣ ਮਿਲਿਆ, ਪਰ ਗਲਤੀਆਂ ਮੇਰੀਆਂ ਨੇ, ਮੈਂ ਉਹਨਾਂ ਦਾ ਆਪੇ ਹੀ ਮੰਥਨ ਕਰਦਾ ਰਹਿਣਾ, ਆਪੇ ਹੀ ਪਸ਼ਚਾਤਾਪ ਕਰਦਾ ਰਹਿਣਾ। ਚਲੋ, ਪਿੰਡਾਂ ਤੋਂ ਸ਼ਹਿਰਾਂ ਤੱਕ ਪੁੱਲ ਦਾ ਕੰਮ ਗੁਰਦਾਸ ਮਾਨ ਨੇ ਕੀਤਾ, ਇਸ ਗੱਲ ਦਾ ਮਾਣ ਹੈ? ਮਾਣ ਇਸ ਗੱਲ ਦਾ ਹੈ ਕਿ ਪੰਜਾਬੀ ਮਾਂ ਬੋਲੀ ਨੇ, ਪੰਜਾਬੀ ਅਦਬ ਨੇ ਇਸ ਨਾਚੀਜ਼ ਨੂੰ ਇੰਨਾ ਮਾਣ ਸਤਿਕਾਰ ਦਿੱਤਾ, ਪਿਆਰ ਦਿੱਤਾ, ਮੈਨੂੰ ਉਸ ਗੱਲ ਦਾ ਮਾਣ ਹੈ। ਇਹ ਨਹੀਂ ਕਿ ਮੈਂ ਪੰਜਾਬੀ ਦੀ ਸੇਵਾ ਕੀਤੀ ਹੈ, ਮੈਂ ਸੇਵਾ ਕੋਈ ਕਰ ਨਹੀਂ ਸਕਦਾ, ਸੇਵਾ ਮਾਂ ਨੇ ਹੀ ਕੀਤੀ ਹੈ, ਸਾਡੀ ਮਾਂ ਹੀ ਕਰਦੀ ਹੈ, ਆਖਰ ਦਮ ਤੱਕ ਮਾਂ ਹੀ ਕਹਿੰਦੀ ਹੈ ਪੁੱਤ ਠੀਕ ਹੈ। ਬੁੱਢੀ ਵੀ ਹੋ ਜਾਵੇ ਤਾਂ ਵੀ ਆ ਕੇ ਜਵਾਨ ਪੁੱਤ ਨੂੰ ਆ ਕੇ ਪੁੱਛਦੀ ਹੈ, ਅੱਜ ਤੂੰ ਬੋਲਿਆ ਨਹੀਂ ਕੁਛ ਠੀਕ ਜਿਹਾ ਲੱਗਦਾ, ਮੇਰਾ ਢਿੱਲਾ ਲੱਗਦਾ। ਇਹ ਮਾਂ ਹੈ, ਜ਼ਬਾਨ ਜਿਹੜੀ ਹੈ। ਇਸ ਕਰਕੇ ਮੈਨੂੰ ਖੁਸ਼ੀ ਸੀ ਉਹ ਬੱਚੇ ਦੀ ਕਿ ਉਸਨੇ ਪੰਜਾਬੀ ਦੇ ਵਿੱਚ ਕੁਛ ਬੋਲਿਆ। ਇਸੇ ਤਰ੍ਹਾਂ UK ਦੇ ਵਿੱਚ ਅਸੀਂ ਇੱਕ ਸ਼ੋਅ ਕਰਨ ਤੋਂ ਪਹਿਲਾਂ ਬੱਚਿਆਂ ਦੇ ਆਟੋਗ੍ਰਾਫ, ਕਹਿੰਦੇ ਜੀ ਆਟੋਗ੍ਰਾਫ ਲੈਣੇ ਬੱਚਿਆਂ ਦਾ, ਬੱਚਾ ਤੁਹਾਡਾ ਬਹੁਤ ਵੱਡਾ ਫੈਨ ਹੈ। ਉਹਦਾ ਪਿਓ ਜਿਹੜਾ ਸੀ ਬੱਚੇ ਦਾ, ਉਹ ਝੂਠ ਬੋਲ ਰਿਹਾ ਸੀ। ਉਹ ਆਟੋਗ੍ਰਾਫ ਲੈਣ ਵਾਸਤੇ ਕੁਛ ਵੀ ਕਈ ਵਾਰੀ ਬੋਲਣ ਲੱਗ ਪੈਂਦੇ ਨੇ ਕਿ ਕੋਈ ਨਾ ਕੋਈ ਵਾਰਤਾਲਾਪ ਸ਼ੁਰੂ ਹੋਵੇ, ਕੋਈ ਗੱਲ ਤਰੀਕਾ ਹੋਵੇ। ਹਨ, ਮੈਂ ਕਿਹਾ ਯਾਰ ਪਲੀਜ਼ ਲਿਆਓ। ਅਤੇ ਮੈਂ ਉਹਦੇ 'ਤੇ ਤਕਰੀਬਨ ਜਦੋਂ ਮੈਂ ਕੋਈ ਆਟੋਗ੍ਰਾਫ ਦਿੰਦਾ, ਮੈਂ ਜਾਂ ਤਾਂ ਏਕ ਓਮਕਾਰ ਪਾਉਣਾ ਜਾਂ ਓਮ ਪਾ ਦਿੰਦਾ, ਜਾਂ ਜਿਹੜੀ ਜ਼ਬਾਨ ਦਾ ਹੋਵੇ ਉਹਦੇ 786 ਵੀ ਪਾ ਦਿੰਦਾ ਕਿ ਨਾ ਪੁੱਛ ਕੇ ਉਹਦਾ ਉਹਨੂੰ ਚੰਗਾ ਲੱਗਦਾ ਕਿ ਇਸਨੇ ਮੇਰੀ ਗੱਲ ਕੀਤੀ ਹੈ। ਸੋ ਮੈਂ ਉਹਦੇ 'ਤੇ ਏਕ ਓਮਕਾਰ ਬਣਾਇਆ, ਮੈਂ ਬੱਚੇ ਨੂੰ ਵਾਟ ਇਜ਼ ਦਿਸ, ਆਈ ਡੋਂਟ ਨੋ। ਮੈਂ ਉਹਦੇ ਪਿਓ ਨਹੀਂ ਦੇਖਿਆ, ਉਹਨੇ ਉਹ ਫਿਰ ਚੱਕਰ 'ਚ ਪੈ ਗਿਆ
ਮੈਂ ਕਿਹਾ ਯਾਰ ਘੱਟ ਤੋਂ ਘੱਟ ਇਹ ਤਾਂ ਪੜ੍ਹਾ ਦੇ ਬੱਚਿਆਂ ਨੂੰ, ਬੱਚੇ ਨਾਲ ਲੈ ਜਾਏ, ਨਿਆਈਆਂ ਵੇਖ ਲੈਣਗੇ, ਦਾਦੇ ਦੀਆਂ ਪਾਰਟੀਆਂ ਵਿਆਹੀਆਂ ਵੇਖ ਲੈਣਗੇ, ਔਖੀਆਂ ਨੇ ਕਿੰਨੀਆਂ ਕਮਾਈਆਂ ਵੇਖ ਲੈਣਗੇ, ਮਾਣ ਲੈਣ ਇਹ ਵੀ ਬੋੜਾਂ ਪਿੱਪਲਾਂ ਦੀ ਛਾਂ ਨੂੰ, ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਫਿਰ ਕੀ ਕਰੇਗਾ ਪਿੱਛੋਂ ਜਿਹੜੇ ਦਰਾਂ ਨੂੰ, ਇਹਨਾਂ ਨੂੰ ਜੋੜ ਲੈ ਹੁਣ, ਘੱਟ ਤੋਂ ਘੱਟ ਇਹ ਸ਼ਬਦ ਤਾਂ ਸਮਝਾ ਦੇ ਯਾਰ, ਪਹਿਲੀ ਜਿਹੜਾ ਜਿਹੜਾ ਮੰਤਰ ਹੈ, ਬੀਜ ਮੰਤਰ ਹੈ, ਉਹ ਤਾਂ ਸਮਝਾ ਦੇ। ਤੁਸੀਂ ਮਾਂ ਦੀ ਗੱਲ ਕੀਤੀ ਹੈ, ਹੁਣ ਤਾਂ ਮਾਂ ਤੇਜ਼ ਕੌਰ ਵੀ ਨਹੀਂ ਰਹੀ, ਅਤੇ ਨਹੀਂ ਉਹ ਕਿਤੇ ਨਹੀਂ ਗਏ, ਪੰਜਾਬੀ ਤਾਂ ਤੇਜ਼ ਵੀ ਘੱਟਦਾ ਜਾ ਰਿਹਾ। ਨਹੀਂ ਨਾ, ਪੰਜਾਬੀ ਮਾਂ ਬੋਲੀ ਕਿ ਪੰਜਾਬੀ ਮਾਂ ਬੋਲੀ ਜਿੱਥੇ ਵੀ ਹੈ ਉੱਥੇ ਮਾਂ ਹੈ। ਮਿਸ ਕਰਦੇ? ਮਿਸ ਕਰਦਾ ਜਦੋਂ ਇਕੱਲਾ ਹੁੰਦਾ ਜਾਂ ਕੋਈ ਮਾਂ ਦੀ ਕੋਈ ਗੱਲ ਚੇਤੇ ਆਉਂਦੀ ਹੈ, ਕੋਈ ਯਾਦ ਆਉਂਦੀ ਹੈ, ਉਦੋਂ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ। ਮਰ ਜਾਣਾ ਮਾਨਾ ਕੋਈ ਹੁਣ ਕਹਿੰਦਾ? ਮਰ ਜਾਣੇ ਤਾਂ ਬਹੁਤ ਸਾਰੇ ਹੁਣ ਆ ਗਏ ਦੁਨੀਆਂ ਦੇ ਵਿੱਚ, ਬਹੁਤ ਪਿਆਰ ਕਰਨ ਵਾਲੇ ਮਰ ਜਾਣਾ ਕਹਿ ਕੇ ਵੀ ਬੁਲਾ ਲੈਂਦੇ ਹਾਂ, ਕਿਉਂਕਿ ਉਹ ਸ਼ਬਦ ਨੂੰ ਇਸ ਕਰਕੇ ਨਹੀਂ ਕਿ ਉਹ ਮੈਂ ਬੋਲਿਆ ਜਾਂ ਮੇਰੀ ਮਾਂ ਨੇ ਬੋਲਿਆ ਜਾਂ ਦਾਦੀ ਨੇ ਬੋਲਿਆ, ਉਹ ਉਹਨਾਂ ਦਾ ਵੀ ਉਹ ਪਿਆਰ ਬਣ ਗਿਆ, ਪਿਆਰ ਨਾਲ ਕਹਿ ਵੀ ਦਿੰਦੇ ਆ। ਉਹ ਕੋਈ ਕੋਈ ਗੀਤ ਦੀ ਲਾਈਨ ਬੋਲ ਕੇ ਵਿੱਚ ਮਰ ਜਾਣੇ ਦਾ ਜ਼ਿਕਰ ਆ ਜਾਣ, ਉਹ ਬੋਲ ਦਿੰਦੇ ਆ। ਸੋ ਮੇਰੇ ਵਾਸਤੇ ਮਾਂ ਹਮੇਸ਼ਾ ਜ਼ਿੰਦੀ ਰਹਿ ਜਿੰਦਾ ਰਹਿੰਦੀ ਹੈ, ਜਦ ਤੱਕ ਉਹ ਬੱਚਾ ਜਿੰਦੇ ਰਹਿੰਦੇ ਨੇ ਮਾਂ ਹਮੇਸ਼ਾ ਨਾਲ ਰਹਿੰਦੀ ਹੈ, ਮਾਂ ਕਦੇ ਵੱਖ ਹੋ ਨਹੀਂ ਸਕਦੀ। ਮਾਂ ਦਾ ਕਨੈਕਸ਼ਨ ਰੱਬ ਦਾ ਕਨੈਕਸ਼ਨ ਹੈ। ਪ੍ਰਥਮ ਭਗਵਤੀ ਪਹਿਲੀ ਪੂਜਾ ਮਾਂ ਦੀ ਹੁੰਦੀ, ਦੂਜੀ ਪੂਜਾ ਗੁਰੂ ਜਨਾਂ ਦੇ ਥਾਂ ਦੀ ਹੁੰਦੀ ਹੈ, ਫਿਰ ਮਰ ਜਾਣਿਆ ਮਾਨਾ ਰੱਬ ਦੇ ਨਾਂ ਦੀ ਹੁੰਦੀ, ਰੱਬ ਦਾ ਨਾਂ ਬਾਅਦ 'ਚ ਆਉਂਦਾ। ਰੱਬ ਕਹਿੰਦਾ ਉਹ ਬੰਦੇ ਤੁਹਾਨੂੰ ਮਾਵਾਂ ਦਿੱਤੀਆਂ ਨੇ, ਪੈਰਾਂ ਦੇ ਵਿੱਚ ਜੰਨਤ ਸਿਰ 'ਤੇ ਛਾਵਾਂ ਦਿੱਤੀਆਂ ਨੇ, ਮੇਰੇ ਘਰ ਤੱਕ ਪਹੁੰਚਣ ਲਈ ਰਾਹਾਂ ਦਿੱਤੀਆਂ ਨੇ, ਰਾਹਾਂ ਵਿੱਚ ਕੰਡੇ ਨਾ ਵਿਛਾਇਓ ਸੋਹਣੇ, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣੇ। ਸੋ ਉਹ ਹਮੇਸ਼ਾ ਨਾਲ ਰਹਿੰਦੇ। ਤੁਹਾਨੂੰ ਗਾਇਕੀ ਕਿਹੜੀ ਪਸੰਦ ਹੈ? ਕੀ ਹੈ ਸੂਫੀ ਗਾਇਕੀ ਤੋਂ ਤੁਸੀਂ ਮੁੜ ਗਏ, ਸੂਫੀ ਗਾਇਕੀ ਦੇ ਸਰੋਤੇ ਘੱਟ ਗਏ, ਜਾਂ ਸੂਫੀ ਗਾਇਕੀ ਦੇ ਲਈ ਕੁਝ ਖਾਸ ਕਰਨਾ ਹੁੰਦਾ ਅਤੇ ਜਿਹਦੇ ਵੱਲ ਮਾਨ ਸਾਹਿਬ ਨਹੀਂ ਜਾਣਾ ਚਾਹੁੰਦੇ ਸੀ? ਜ਼ਰੂਰੀ ਤਾਂ ਹੈ ਨਹੀਂ ਤੁਸੀਂ, ਕਿਉਂਕਿ ਤੁਸੀਂ ਜਦੋਂ ਬੁੱਲੇ ਸ਼ਾਹ ਦੀ ਕਾਫੀ ਬੰਨੇ ਪਾ ਲਿਆ, ਜਿਹੜਾ ਲਿਬਾਸ ਪਾ ਲਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਾਧ ਹੋਵੋ, ਕਿ ਤੁਹਾਡੇ ਤਾਂ ਮੋਹਰ ਲੱਗ ਗਈ, ਲੈ ਵੀ ਹੁਣ ਸੰਤ ਜੀ ਮਹਾਰਾਜ ਜੀ ਆ ਗਏ ਜਾਂ ਬਾਬੇ ਆ ਗਏ, ਮੈਂ ਉਸੇ ਲਿਬਾਸ 'ਚ ਹੀ ਰਿਹਾ ਹਮੇਸ਼ਾ ਹੀ। ਇਸੇ ਤਰ੍ਹਾਂ ਇਹ ਤਾਂ ਪਿਆਰ ਨਾਲ ਲੋਕ ਇੱਜ਼ਤ ਦੇ ਦਿੰਦੇ ਆ, ਪਿਆਰ ਦੇ ਦਿੰਦੇ ਆ। ਔਰ ਜਿੱਥੋਂ ਤੱਕ ਸੂਫੀ ਦਾ, ਕਿਉਂਕਿ ਮੈਂ ਪੜ੍ਹਿਆ ਹੀ ਵਾਰਸ ਸ਼ਾਹ ਸਰਕਾਰ ਨੂੰ ਹੈ, ਬਾਬਾ ਬੁੱਲੇ ਸ਼ਾਹ ਨੂੰ ਪੜ੍ਹਿਆ, ਸ਼ਾਹ ਹਾਸ਼ਮ ਸ਼ਾਹ ਜੀ ਨੂੰ ਪੜ੍ਹਿਆ, ਕਾਦਰ ਯਾਰ ਪੜ੍ਹਿਆ, ਫਜ਼ਲ ਸ਼ਾਹ ਪੜ੍ਹਿਆ। ਸੋ ਸਾਰੀਆਂ ਚੀਜ਼ਾਂ ਉਹੀ ਚੀਜ਼ਾਂ ਪੜ੍ਹੀਆਂ ਵੀ ਮੈਂ। ਸੋ ਜੋ ਪੜ੍ਹਿਆ ਹੁੰਦਾ ਉਹੀ ਤੁਹਾਡੇ ਅੰਦਰ ਕੱਢਦਾ ਹੈ, ਉਸੇ 'ਤੇ ਫਿਰ ਮਲਾਈ ਆਉਂਦੀ ਹੈ, ਤੁਸੀਂ ਉਹੀ ਫਿਰ ਜਾਗ ਲੱਗਦੀ ਹੈ, ਫਿਰ ਬਣਦਾ ਮੱਖਣ। ਤੁਸੀਂ ਮੰਚ 'ਤੇ ਅਕਸਰ ਹੀ ਸਾਰੀਆਂ ਚੀਜ਼ਾਂ ਕਰਦੇ ਹੋ, ਤੁਹਾਨੂੰ ਮੰਚ 'ਤੇ ਕੋਈ ਸਟੇਜ ਸੰਚਾਲਕ ਦੀ ਲੋੜ ਨਹੀਂ ਪੈਂਦੀ ਗੀ? ਮੈਂ ਬਹੁਤ ਵਾਰ ਦੇਖਿਆ ਤੁਹਾਨੂੰ ਲਾਈਵ ਗਾਉਂਦਿਆਂ ਨੂੰ, ਜਦੋਂ ਕੋਈ ਮੰਚ ਸੰਚਾਲਕ ਉੱਥੇ ਬੋਲ ਰਿਹਾ ਹੁੰਦਾ ਅਤੇ ਸ਼ਾਇਦ ਉਹ ਮਾਨ ਸਾਹਿਬ ਨੂੰ ਇੰਟਰੋਡਿਊਸ ਕਰਾ ਕੇ ਉਦੋਂ ਬਾਅਦ ਚਲਾ ਜਾਂਦਾ, ਅਤੇ ਜਦੋਂ ਮੈਂ ਇਹ ਇੰਟਰਵਿਊ ਬਾਰੇ ਸੋਚ ਰਿਹਾ ਸੀ, ਮੈਨੂੰ ਵੀ ਐਂ ਲੱਗਿਆ ਸੀ ਕਿ ਮਾਨ ਸਾਹਿਬ ਨੂੰ ਕਹੂੰਗਾ, ਮਾਨ ਸਾਹਿਬ ਤੁਸੀਂ ਇਕੱਲੇ ਇੰਟਰਵਿਊ ਕਰ ਦਿਓ, ਤੁਸੀਂ ਬੋਲੋ, ਮਾਨ ਸਾਹਿਬ ਬਣੇ ਕਿਵੇਂ? ਉਸ ਤੋਂ ਮੇਰੇ ਕੋਲ ਸਵਾਲ ਨਹੀਂ ਹੈ ਮੇਰੇ ਦਾ, ਕਿਉਂਕਿ ਮੈਂ ਤੁਹਾਨੂੰ ਚਾਰ ਚਾਰ ਪੰਜ ਪੰਜ ਘੰਟੇ ਲਾਈਵ ਗਾਉਂਦਿਆਂ ਦੇਖਿਆ, ਕਦੇ ਤੁਸੀਂ ਸਪੀਕਰ 'ਤੇ ਬਹਿ ਕੇ ਗਾਉਣ ਲੱਗ ਪਏ, ਕਦੇ ਤੁਸੀਂ ਥੱਲੇ ਉੱਤਰ ਗਏ, ਸਿਕਿਉਰਿਟੀ ਵਾਲੇ ਪਿੱਛੇ ਭੱਜਦੇ ਆ, ਮਾਨ ਸਾਹਿਬ ਰੁਕੋ ਰੁਕੋ ਰੁਕੋ, ਜਦੋਂ ਮਾਨ ਸਾਹਿਬ ਦੇ ਸਰੋਤਿਆਂ ਦੇ ਡੰਡੇ ਵੱਜਦੇ ਆ, ਉਦੋਂ ਮਾਨ ਸਾਹਿਬ ਦਾ ਹਿਰਦੇ ਦੁਖਦਾ ਬਹੁਤ ਬਹੁਤ। ਮਾਨ ਸਾਹਿਬ ਦੇ ਕਿੰਨੇ ਰੂਪ ਹੈ? ਬਹੁਤ ਤਕੜੇ, ਮੇਰਾ ਇੱਕ ਹੀ ਰੂਪ ਹੈ, ਉਸ ਰੂਪ ਦੇ ਹੀ ਅਨੇਕ ਰੂਪ ਨੇ, ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ। ਸੋ ਉਹ ਮੈਂ ਨਹੀਂ ਹੁੰਦਾ, ਉਹ ਹੀ ਹੁੰਦੇ ਆ ਜਿਹਨਾਂ ਦੇ ਡੰਡੇ ਵੱਜ ਰਹੇ ਹੁੰਦੇ, ਉਹੀ ਹੁੰਦਾ ਉਸ ਵੇਲੇ, ਕਿਉਂਕਿ ਉਹਨਾਂ ਦੇ ਨੇੜੇ ਜਾ ਕੇ ਉਹਨਾਂ ਦੇ ਨਾਲ ਮਿਲਣਾ ਚਾਹੁੰਦਾ, ਉਹਨਾਂ ਦੀ ਵੀ ਖੁਆਇਸ਼ ਹੁੰਦੀ ਹੈ ਕਿ ਇਹਨੂੰ ਹੱਥ ਲਾ ਕੇ ਦੇਖ ਲਈਏ ਯਾਰ, ਉਹਨੇ ਕਰੀਬ ਜਾ ਕੇ ਦੇਖ ਲਈਏ। ਸੋ ਉਹਨਾਂ ਦੀਆਂ ਖੁਆਇਸ਼ਾਂ ਆਪਣੀ ਖੁਆਇਸ਼ਾਂ ਮਿਲ ਕੇ
ਇੱਕ ਮਸਤੀ ਵਜਦ ਆਉਂਦੀ ਹੈ ਕਿ ਇੱਧਰਲੇ ਪਾਸੇ ਵੀ ਤੁਹਾਨੂੰ ਦੇਖਣ ਵਾਲੇ ਬੈਠੇ ਕਿ ਤੁਸੀਂ ਇੱਥੇ ਮਾਈਕ ਰੱਖਿਆ ਇੱਕ ਜਗ੍ਹਾ 'ਤੇ ਖੜ੍ਹ ਕੇ, ਪਹਿਲਾਂ ਗਾਇਆ ਇੱਕੋ ਜਗ੍ਹਾ 'ਤੇ ਖੜ੍ਹ ਕੇ ਗਾਇਆ ਹੋਇਆ, ਉੱਥੇ ਡਫਲੀ ਵਜਾ ਕੇ ਗਾਇਆ। ਪਰ ਹੁਣ ਜੇ ਡਫਲੀ ਵਜਾਉਣੀ ਹੈ, ਨਾਲ ਗਾਉਣਾ ਵੀ ਹੈ, ਨਾਲ ਨੱਚਣਾ ਵੀ ਹੈ, ਤਾਂ ਫਿਰ ਤੁਹਾਨੂੰ ਸਾਰੇ ਪਾਸੇ ਤੁਰਨਾ ਪੈਣਾ। ਇੱਧਰ ਵੀ ਬੈਠੀ ਹੈ ਔਡੀਅੰਸ, ਉੱਧਰ ਵੀ ਬੈਠੀ ਹੈ, ਸਾਰੇ ਪਾਸੇ ਤੁਹਾਡੇ ਪਿਆਰੇ ਬੈਠੇ ਨੇ। ਔਰ ਜੇ ਤੁਸੀਂ ਸਾਰਿਆਂ ਦੇ ਨਾਲ ਅੱਖ ਨਾਲ ਅੱਖ ਨਾ ਮਿਲਾਈ ਤਾਂ ਫਿਰ ਪਰਫੋਰਮੈਂਸ ਅਧੂਰੀ ਹੈ। ਤੁਸੀਂ ਅੱਖ ਮਿਲਾਉਣ ਦੀ ਗੱਲ ਕਰਦੇ ਹੋ, ਜਿਹੜੇ ਦੌਰ ਦੇ ਵਿੱਚ ਤੁਸੀਂ ਆਏ ਹੋ ਉਦੋਂ ਦੋ ਗਾਣਾ ਗਾਇਕੀ ਦਾ ਦੌਰ ਸੀਗਾ, ਦੋ ਅਰਥੀ ਗਾਇਕੀ ਦਾ ਵੀ ਦੌਰ ਸੀਗਾ, ਉਹ ਅੱਜ ਹੈਗਾ ਨਹੀਂ ਹੈਗਾ ਉਹ ਤੁਸੀਂ ਦੱਸ ਸਕਦੇ ਹੋ। ਮੇਰਾ ਸਵਾਲ ਇਹ ਹੈ ਕਿ ਉਸ ਦੌਰ ਦੇ ਵਿੱਚੋਂ ਗੁਰਦਾਸ ਮਾਨ ਕੋਲ ਅਜਿਹਾ ਕੀ ਸੀਗਾ ਕਿ ਗੁਰਦਾਸ ਮਾਨ ਨੇ ਉਸ ਸਾਰੇ ਦੌਰ ਨੂੰ ਸਮਾਪਤ ਕਰਤਾ ਅਤੇ ਸਾਰਾ ਦੌਰ ਗੁਰਦਾਸ ਮਾਨ ਦਾ ਹੋ ਗਿਆ? ਮੈਂ ਸਮਾਪਤ ਨਹੀਂ ਕੀਤਾ, ਮੈਂ ਸਮਾਪਤ ਦੇ ਵਿੱਚੋਂ ਨਿਕਲਿਆ। ਮੈਂ ਜਿਹੜਾ ਅੰਤੀ ਪ੍ਰਾਰੰਭ ਹੁੰਦਾ ਨਾ ਕਿਸੇ ਚੀਜ਼ ਦਾ, ਉਹਦੇ ਵਿੱਚੋਂ ਫਿਰ ਦੁਬਾਰਾ ਚੁੱਜ ਜਾਂਦੇ। ਕਲਿਆਣ ਹੈ, ਮਤਲਬ ਇਹ ਮੇਰਾ, ਮੈਨੂੰ ਸ਼ਾਇਦ ਉਸ ਉਹਨਾਂ ਕਲਾਕਾਰਾਂ ਨੂੰ ਮੈਂ ਸੁਣ ਕੇ, ਉਹਨਾਂ ਗਾਇਕਾਂ ਨੂੰ, ਉਸ ਵੇਲੇ ਦੇ ਗਾਇਕਾਂ ਨੂੰ ਸੁਣ ਕੇ ਜੋ ਮੇਰੇ ਅੰਦਰੋਂ ਨਿਕਲਿਆ, ਮੇਰੀ ਆਪਣੀ ਇੱਕ ਆਵਾਜ਼ ਬਣੀ ਜਾਂ ਮੇਰਾ ਆਪਣਾ ਇੱਕ ਸਹਿਜ ਦੇ ਵਿੱਚ ਜੋ ਇੱਕ ਕਿਰਦਾਰ ਲੋਕਾਂ ਦੇ ਸਾਹਮਣੇ ਆਇਆ, ਉਸ ਨੂੰ ਪਿਆਰ ਮਿਲਦਾ ਗਿਆ, ਉਹਦੇ ਹੌਸਲੇ ਬੁਲੰਦ ਹੁੰਦੇ ਗਏ, ਉਹਨਾਂ ਵਾਸਤੇ ਹੋਰ ਅੱਛਾ ਕਰਨ ਦੀ ਲਾਲਸਾ ਰੱਖਣ ਲੱਗ ਗਿਆ, ਹੋਰ ਅੱਛਾ ਕਰਨ ਦੀ ਚੇਸ਼ਟਾ ਰੱਖਣ ਲੱਗ ਗਿਆ, ਵਚਨਬੱਧ ਹੋ ਗਿਆ ਕਿ ਉਹ ਜ਼ਿੰਮੇਵਾਰੀਆਂ ਵੱਧ ਗਈਆਂ ਕਿ ਨਹੀਂ ਯਾਰ ਹੋਰ ਅੱਛਾ ਲਿਖੀਏ, ਯਾਰ ਇਸ ਚੀਜ਼ ਨੂੰ ਪਿਆਰ ਕਰਦੇ ਹੋਰ ਅੱਛਾ ਲਿਖੀਏ, ਕਿਸੇ ਨੂੰ ਅੱਛਾ ਦਿਓਗੇ ਤਾਂ ਉਹ ਅੱਛਾ ਸਵੀਕਾਰ ਕਰੇਗਾ ਹੀ, ਜੇ ਤੁਸੀਂ ਦੂਜੇ ਪਾਸੇ ਜਾਣਾ ਤਾਂ ਉਹ ਤਾਂ ਬੈਠੇ ਹੀ ਆ ਲੋਕ ਸਾਰੇ ਪਾਸੇ। ਤੁਸੀਂ ਕਿਰਦਾਰ ਦੀ ਗੱਲ ਕੀਤੀ ਹੈ, ਤੁਹਾਡੇ ਕਿਰਦਾਰ ਦੇ ਨਾਲ ਫਿਲਮ ਜਗਤ ਦੇ ਵਿੱਚ ਇੱਕ ਵੱਡੀ ਹਲਚਲ ਹੋਈ, ਔਸਕਰ ਤੱਕ ਚਲੇ ਗਏ, ਤੁਸੀਂ ਵਾਰਿਸ ਸ਼ਾਹ ਦੀ ਗੱਲ ਕੀਤੀ ਜੀ, ਉਸ ਕਿਰਦਾਰ ਨੂੰ ਜ਼ਿਆਦਾ ਨਿਭਾਉਣ ਬਾਰੇ ਕਿਉਂ ਨਹੀਂ ਸੋਚਿਆ ਗਿਆ? ਮਸਰੂਫੀਅਤ ਜ਼ਿਆਦਾ, ਹੋਰ ਪ੍ਰੋਜੈਕਟ ਜ਼ਿਆਦਾ? ਨਹੀਂ, ਮਸਰੂਫੀਅਤ ਕਿਉਂਕਿ ਜੋ ਮੇਰਾ ਸਟੇਜ 'ਤੇ, ਮੈਨੂੰ ਸਭ ਤੋਂ ਜ਼ਿਆਦਾ ਪਰਫੋਰਮੈਂਸ ਅੱਛੀ ਲੱਗਦੀ, ਮੰਚ 'ਤੇ ਰਹਿਣਾ ਲਾਈਵ ਮੰਚ 'ਤੇ ਹਮੇਸ਼ਾ ਮੈਂ ਰਿਹਾ। ਬਾਕੀ ਜਿਹੜੀ ਚੀਜ਼ ਮੇਰੇ ਸਾਹਮਣੇ ਕੋਈ ਲਿਆ ਕੇ ਪੇਸ਼ ਕਰ ਦਿੰਦੇ, ਕੋਈ ਸੁਣਾ ਦਿੰਦੇ ਆ ਕਿ ਆਹ ਸਬਜੈਕਟ 'ਤੇ ਕੰਮ ਕਰਨਾ, ਤਾਂ ਕਈ ਵਾਰੀ ਦਿਲ ਕਰਦਾ ਕਿ ਠੀਕ ਹੈ, ਜੇ ਮੇਰੇ ਸਮਝ 'ਚ ਆ ਜਾਂਦੀ ਹੈ ਤਾਂ ਮੈਂ ਉਹਨੂੰ ਕਰ ਲੈਂਦਾ, ਨਹੀਂ ਤਾਂ ਅਦਰਵਾਈਜ਼ ਮੇਰਾ ਇੱਕ ਅਲੱਗ ਹੀ ਜੋ ਬਣ ਜਾ ਰਿਹਾ ਹੈ ਉਹ ਚੱਲਦਾ ਹੈ, ਬਸ ਚੱਲਦਾ ਬਣਜਾਰਾ ਗਾ। ਕੈਨੇਡਾ ਤੱਕ ਜਾਮ ਲੱਗ ਜਾਂਦਾ ਜੋ ਗੁਰਦਾਸ ਮਾਨ ਮੇਰਾ ਅਤੇ ਉਹਦੀ ਕਿਰਪਾ, ਕਦੇ ਨਹੀਂ ਜਾਮ ਲੱਗ ਮਾਲਕ ਦੀ ਕਿਰਪਾ। ਪਾਕਿਸਤਾਨ ਦੇ ਵਿੱਚ ਗੁਰਦਾਸ ਮਾਨ ਨੂੰ ਪਸੰਦ ਕੀਤਾ ਜਾਂਦਾ, ਜਿੱਥੇ ਸਰਹੱਦਾਂ ਦੀ ਲੜਾਈ ਹੈ, ਸਿਆਸੀ ਲੜਾਈ ਹੈ, ਮਾਨ ਸਾਹਿਬ ਦੇ ਲਈ ਐਡਾ ਵੱਡਾ ਮੰਚ ਤਿਆਰ ਕਰਨ ਦੇ ਵਿੱਚ ਕਿੰਦਾ ਹੱਥ ਹੈ? ਮੇਰੇ ਸਾਰੇ ਉਹਨਾਂ ਮਿੱਤਰਾਂ ਪਿਆਰਿਆਂ ਦਾ ਜਿਹੜੇ ਉਸ ਵੇਲੇ ਜਿਵੇਂ ਜਦੋਂ ਕਾਲਜ ਪੜ੍ਹਦਾ ਸੀ ਜਾਂ ਸੰਘਰਸ਼ ਜਦੋਂ ਸਕੂਲ ਦੇ ਵਿੱਚ ਵੀ ਪੜ੍ਹਦੇ ਸੀ, ਉਦੋਂ ਵੀ ਜਦੋਂ ਅੱਧੀ ਛੁੱਟੀ ਸਾਰੀ ਹੁੰਦੀ ਸੀ ਸੈਟਰਡੇ ਨੂੰ, ਉਹਦੇ ਵਿੱਚ ਵੀ ਮੇਰੇ ਜਿਹੜੇ ਇੰਨਾ ਪਿਆਰ ਕਰਨ ਵਾਲੇ ਸੀ ਦੂਜੀਆਂ ਜਮਾਤਾਂ ਦੇ, ਸਾਡੇ ਵੱਡੇ ਸੀਨੀਅਰਸ ਜਿਹੜੇ ਹੁੰਦੇ ਸੀ ਸਾਡੇ ਉਸ ਵੇਲੇ ਦੇ ਟੀਚਰਸ ਪਿਆਰ ਕਰਦੇ ਸੀਗੇ, ਉਹਨਾਂ ਦੀਆਂ ਹੱਲਾ ਸ਼ੇਰੀਆਂ ਪਿੱਛੇ ਨਾਲ ਹੀ ਰਹੀਆਂ। ਮੈਂ ਬੂਟਾ ਸਿੰਘ ਜੀ ਨੂੰ, ਸਰਦਾਰ ਬੂਟਾ ਸਿੰਘ ਜੀ ਸਾਡੇ ਪੰਜਾਬੀ ਦੇ ਟੀਚਰ ਹੁੰਦੇ ਸੀ, ਜਿਨ੍ਹਾਂ ਨੇ ਉਸ ਵੇਲੇ ਮੈਨੂੰ ਪਹਿਲਾਂ ਸਿਲੈਕਟ ਕੀਤਾ ਹੋਣਾ, ਉਹਨਾਂ ਦੀ ਕਿੱਡਾ ਵੱਡਾ ਹੱਥ ਹੈ ਇੱਥੋਂ ਤੱਕ ਪਹੁੰਚਣ ਲਈ, ਜਿਹਨੇ ਕਿਹਾ ਯਾਰ ਤੇਰਾ ਨਾਂ ਕੀ ਹੈ? ਗੁਰਦਾਸ। ਗਾ ਕੇ ਸੁਣਾ। ਮੈਂ ਉਸ ਵੇਲੇ ਕਰਨੈਲ ਸਿੰਘ ਕਵਿਸ਼ਰ ਹੋਰਾਂ ਦੀ ਕਵਿਸ਼ਰੀ ਸੀਗੀ ਜਿਹੜੀ ਮੈਂ ਗਾਈ, ਉਹਨਾਂ ਨੇ ਕਿਹਾ ਆਵਾਜ਼ ਤੇਰੀ ਬਹੁਤ ਅੱਛੀ ਹੈ, ਆ ਜਾ। ਫਿਰ ਉਹਨੇ ਸਾਡੇ ਕਲਾਸ ਦੇ ਵਿੱਚੋਂ ਦੋ ਮੁੰਡੇ ਹੋਰ ਕੱਢੇ, ਇਹ ਤੂੰ ਲੀਡ ਕਰੇਂਗਾ, ਇਹ ਤੇਰੇ ਨਾਲ ਬੋਲਣਗੇ, ਸਾਨੂੰ ਪੂਰੀ ਟ੍ਰੇਨਿੰਗ ਦਿੱਤੀ। ਫਿਰ ਭੰਗੜਾ ਸਾਨੂੰ ਉਹਨਾਂ ਨੇ ਸਿਖਾਇਆ, ਢੋਲੀ ਨੂੰ ਆਪ ਪੈਸੇ ਦੇ ਕੇ ਉਹ ਪੂਰੀ ਉਹਨਾਂ ਦੀ ਕਿ ਇਹ ਇੱਥੇ ਰਹੇਗਾ ਇੱਥੇ ਰਹੇਗਾ, ਉਹਦੇ ਵਾਸਤੇ ਬਹੁਤ ਅੱਛੇ ਇੰਤਜ਼ਾਮ ਕੀਤੇ, ਔਰ ਸਾਨੂੰ ਬਾਕਾਇਦਾ ਘਰਾਂ 'ਚ ਕਿ ਤੁਸੀਂ ਪਹਿਲਾਂ ਆਉਣਾ। ਉਹ ਚੀਜ਼ਾਂ ਸਾਡੇ ਪਿੱਛੇ ਹਮੇਸ਼ਾ ਆਸ਼ੀਰਵਾਦ ਬਣ ਕੇ ਰਹਿਣਗੀਆਂ। ਬਾਬਾ ਔਰ ਉਹ ਸੱਜਣ ਬੇਲੀ ਜਿਹੜੇ ਸਾਡਾ ਗੁਰਦਾਸ ਯਾਰ ਸੁਣਾ ਗੁਰਦਾਸ ਯਾਰ ਚੱਲ ਗਏ, ਉਦੋਂ ਉਹਨਾਂ ਦਾ ਦੂਜਾ ਮੁੰਡਾ ਗਾ ਰਿਹਾ, ਨਹੀਂ ਗੁਰਦਾਸ ਸੁਣਾ,
ਪੁਰਾਣੇ ਇਹ ਚੀਜ਼ਾਂ ਪੁਰਾਣੇ ਯਾਰ ਕਿਹੜੇ ਯਾਰ ਲੱਗਦੇ ਕਿਹੜੇ ਯਾਰ ਲੱਗਦੇ ਨੇ ਸਾਰੇ ਯਾਦ ਇੱਕ ਇੱਕ ਦੇ ਨਾਮ ਗਣਾਊਂਗਾ ਤਾਂ ਫਿਰ ਬਹੁਤ ਲੰਬਾ ਚੌੜਾ ਕਥਾ ਹੀ ਹੈ। ਔਰ ਫਿਰ ਆ ਜਾਂਦੇ ਆ ਸਾਡੇ ਬਜ਼ੁਰਗਾਂ ਦੇ ਆਸ਼ੀਰਵਾਦ, ਫਿਰ ਮਨਜੀਤ ਮਿਲ ਗਈ, ਫਿਰ ਮਨਜੀਤ ਦਾ ਕਿਉਂਕਿ ਮਨਜੀਤ ਨੇ ਸਭ ਫਿਰ ਔਰਗਨਾਈਜ਼ ਇੱਕ ਕੀਤਾ। ਦੇਖੋ ਡਫਲੀ ਵਾਲਾ ਜਿਹੜਾ ਗੁਰਦਾਸ ਸੀ ਨਾ ਜਿਹੜਾ ਤੁਰਿਆ ਫਿਰਦਾ, ਚੱਲ ਜਿਹੜਾ ਲੈ ਗਿਆ ਅਤੇ ਉਸੇ ਦੇ ਨਾਲ ਹੀ ਤੁਰ ਚੱਲੀ, ਜਿਹੜੀ ਬੱਸ 'ਚ ਬਿਠਾ ਲਿਆ ਉਸੇ 'ਚ ਚਲੇ ਗਏ, ਜੇ ਟਰੱਕ 'ਤੇ ਬਿਠਾ ਲਿਆ ਤਾਂ ਟਰੱਕ 'ਤੇ ਚਲੇ ਗਏ, ਜੀ ਜੀਪ 'ਤੇ ਬਿਠਾ ਲਿਆ ਜੀਪ 'ਤੇ ਚਲੇ ਗਏ। ਇਸ ਨੂੰ ਔਰਗਨਾਈਜ਼ ਕੀਤਾ, ਕਿਸੇ ਤੋਂ ਮੰਗੇ ਨਹੀਂ ਸੀ ਪੈਸੇ, ਜਿਹਨੇ ਦੇ ਤੇ ਠੀਕ ਹੈ, ਜਿਹੜੇ ਉੱਤੋਂ ਦੀ ਹੋ ਗਏ ਉਹ ਦੇ ਤੇ ਠੀਕ ਹੈ। ਫਿਰ ਇਸ ਨੂੰ ਤਰਤੀਬ ਦੇਣੀ ਸ਼ੁਰੂ ਕੀਤੀ ਸਰ, ਡਰੈੱਸਾਂ ਬਣਵਾਈਆਂ ਜਿਹੜੀਆਂ ਅੱਜ ਤੱਕ ਕਿਸੇ ਨੇ ਪਹਿਲਾਂ ਕਿਸੇ ਨੇ ਡਰੈੱਸ ਬਣਵਾਈ ਨਹੀਂ ਸੀ ਕਿਸੇ ਕਲਾਕਾਰ ਨੇ, ਕਿ ਡਰੈੱਸ ਦੀ ਕੀ ਅਹਿਮੀਅਤ ਹੈ। ਜਿਹੜੇ ਤੁਸੀਂ ਲਿਬਾਸ ਪਾਇਆ, ਜਿਹੜਾ ਤੁਸੀਂ ਕੱਪੜੇ ਪਾਏ, ਉਹ ਪੇਸ਼ਕਾਰੀ ਹੈ ਭਾਵੇਂ, ਪੇਸ਼ਕਾਰੀ ਦਾ ਤਾਂ ਮੁੱਲ ਹੈ, ਪੇਸ਼ਕਾਰੀ ਦਾ ਮੁੱਲ ਹੈ। ਪੇਸ਼ਕਾਰੀ ਬਹੁਤ ਹੋ ਰਹੀ ਹੈ ਆਪਣੀ ਪੰਜਾਬੀ ਗਾਇਕੀ ਦੇ ਵਿੱਚ, ਬਹੁਤ ਜ਼ਿਆਦਾ ਪੇਸ਼ਕਾਰੀ ਹੋ ਰਹੀ ਹੈ। ਗਾਇਕ ਮਜਬੂਰ ਹੋਇਆ ਪਿਆ ਵੀਡੀਓ ਬਣਾਉਣ ਦੇ ਲਈ, ਇੰਨੇ ਪੇਸ਼ਕਾਰੀ ਹੋਣ ਦੇ ਬਾਵਜੂਦ ਵੀ ਸਾਡਾ ਸੱਭਿਆਚਾਰ ਉਨਾ ਮਜ਼ਬੂਤ ਕਿਉਂ ਨਹੀਂ ਹੋਇਆ? ਅੱਜ ਦੀ ਗਾਇਕੀ ਹੈ ਜਿਹੜੀ ਉਸ ਲਿਬਾਸ ਵਿੱਚ ਕਿਉਂ ਨਹੀਂ ਆ ਸਕੀ, ਸਾਡਾ ਸੱਭਿਆਚਾਰ ਉਨਾ ਮਜ਼ਬੂਤ? ਮੇਰਾ ਖਿਆਲ ਉਸ ਲਿਬਾਸ ਦੇ ਵਿੱਚ ਇਸ ਕਰਕੇ ਨਹੀਂ ਆ ਸਕੀ ਸ਼ਾਇਦ, ਕਿਉਂਕਿ ਉਹ ਜੋ ਪੜ੍ਹਿਆ ਉਹਨਾਂ ਨੇ ਵਿਚਾਰਿਆਂ ਨੇ ਉਹ ਅੰਗਰੇਜ਼ੀ 'ਚ ਪੜ੍ਹਿਆ, ਕੌਨਵੈਂਟ ਸਕੂਲਾਂ 'ਚ ਪੜ੍ਹੇ ਹੋਏ ਨੇ, ਔਰ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਚੱਲ ਰਿਹਾ, ਸ਼ਾਇਦ ਵੈਸਟਰਨ ਮਿਊਜ਼ਿਕ ਜ਼ਿਆਦਾ ਸੁਣਿਆ ਉਹਨਾਂ ਨੇ, ਜਾਂ ਜਿਹੜੀਆਂ ਵੀ ਵੀਡੀਓ ਆਉਂਦੀਆਂ, ਜਿਹੜੀਆਂ ਵੀ ਫਿਲਮਾਂ ਦੇਖੀਆਂ ਹੋਣੀਆਂ ਉਹਨਾਂ ਨੇ ਜ਼ਿਆਦਾਤਰ ਇੰਗਲਿਸ਼ ਦੇਖੀਆਂ ਹੋਣੀਆਂ, ਉਹਦਾ ਪ੍ਰਭਾਵ ਹੈ ਇਸ ਚੀਜ਼ 'ਤੇ, ਕਿਉਂਕਿ ਜੋ ਮਿਊਜ਼ਿਕ ਲੇਟੈਸਟ ਜੋ ਚੱਲ ਰਿਹਾ ਉਹ ਤੁਹਾਡੇ ਬੱਚਿਆਂ ਦੇ ਉੱਤੇ ਅਸਰ ਕਰਦਾ। ਮੈਂ ਹੁਣ ਜਿਹੜੇ ਛੋਟੇ ਛੋਟੇ ਬੱਚੇ ਦੇਖਦੇ ਹਾਂ ਉਹ ਸਾਰੇ ਅੰਗਰੇਜ਼ੀ ਦੀਆਂ ਚੀਜ਼ਾਂ ਜ਼ਿਆਦਾ ਸੁਣਦੇ ਆਪਣੇ ਕੰਨਾਂ 'ਚ ਲਾ ਕੇ ਜਾਣ, ਪਰ ਹੁਣ ਪੰਜਾਬੀ ਜਿਹੜਾ ਪੰਜਾਬੀ ਰਿਦਮ, ਪੰਜਾਬੀ ਤੂੰਬੀ, ਇਹ ਸਾਰੀਆਂ ਚੀਜ਼ਾਂ ਇੱਕ ਵੈਸਟਰਨ ਮਿਊਜ਼ਿਕ ਦੇ ਵਿੱਚ ਸ਼ਾਮਿਲ ਵੀ ਹੋ ਗਈਆਂ, ਔਰ ਇੱਕ ਸਾਂਝੇ ਜਿਹੇ ਸ਼ਬਦ ਹੋ ਗਏ ਜਿਹਦੇ ਵਿੱਚ ਤੁਸੀਂ ਅੰਗਰੇਜ਼ੀ ਵੀ ਸ਼ਬਦ ਸ਼ਾਮਿਲ ਕਰ ਲੈਂਦੇ ਹੋ। ਮੇਰਾ ਖਿਆਲ ਹੈ ਹੁਣ ਪੰਜਾਬੀ ਸਾਰੇ ਪਾਸੇ ਇੰਗਲਿਸ਼ ਚਾਰਟ ਦੇ ਵਿੱਚ 10 ਗੀਤਾਂ ਦੇ ਵਿੱਚ ਇੱਕ, ਮੇਰਾ ਖਿਆਲ ਹੈ ਚੌਥੇ ਪੰਜਵੇਂ ਨੰਬਰ 'ਤੇ ਹੁੰਦੀ ਹੈ। ਸਾਡਾ ਵਿਰਸਾ ਹੈ, ਵਿਰਾਸਤ ਹੈ, ਗੁਰਦਾਸ ਅੱਛੀ ਗੱਲ ਹੈ, ਮਤਲਬ ਕਿ ਤੁਹਾਡੀ ਤੁਸੀਂ ਪੰਜਾਬੀ ਹਰ ਜਗ੍ਹਾ 'ਤੇ ਸੁਣ ਰਹੇ ਹੋ, ਉਹਦਾ ਮਿਊਜ਼ਿਕ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ, ਔਰ ਪੰਜਾਬੀ ਫਲੇਵਰ ਤੋਂ ਬਿਨਾਂ ਕੋਈ ਫਿਲਮ ਨਹੀਂ ਬਣਦੀ, ਜਿਹਦੇ 'ਚ ਕੋਈ ਪੰਜਾਬੀ ਗਾਣਾ ਨਾ ਹੋਵੇ ਉਹ ਕਹਿੰਦੇ ਮਤਲਬ ਕੋਈ ਆਈਟਮ ਨੰਬਰ ਨਹੀਂ ਹੈ। ਅੱਛਾ, ਸਾਰੀ ਫਿਲਮ ਬਣਨ ਤੋਂ ਬਾਅਦ ਵੀ ਇੱਕ ਗਾਣਾ ਜ਼ਰੂਰ ਪਾ ਲੈਂਦੇ ਆ ਉਹ, ਜਿਹਦੇ 'ਚ ਉਹ ਆਈਟਮ ਨੰਬਰ ਬਣਾ ਕੇ ਪੇਸ਼ ਕਰ ਦਿੰਦੇ ਪ੍ਰਮੋਸ਼ਨ ਲਈ। ਸਾਡਾ ਵਿਰਸਾ ਵਿਰਾਸਤ ਹੈ ਗੁਰਦਾਸ ਮਾਨ। ਗੁਰਦਾਸ ਮਾਨ ਤੋਂ ਅੱਗੇ ਅਸੀਂ ਕਿਹਨੂੰ ਦੇਖੀਏ ਜਿਹੜਾ ਉਸ ਵਿਰਾਸਤ ਨੂੰ ਸਾਂਭ ਸਕੇ? ਕੋਈ ਲੱਗਦਾ ਜਾਂ ਨਾਮ ਨਹੀਂ ਲੈਣਾ ਚਾਹੁੰਦੇ? ਨਹੀਂ, ਮੇਰੇ ਵਾਸਤੇ ਮੈਂ ਅਜੇ ਤੱਕ ਮੈਂ ਨਹੀਂ ਦੱਸ ਸਕਦਾ, ਕਿਉਂਕਿ ਬਹੁਤ ਸਾਰਾ ਸਫ਼ਰ ਤੈਅ ਕਰਨਾ, ਕਿਉਂਕਿ ਅਸੀਂ ਤਾਂ ਬਹੁਤ ਲੰਬਾ ਸਫ਼ਰ ਤੈਅ ਕਰਕੇ ਆਏ ਬਾਬਾ, ਅਜੇ ਤੱਕ ਮੈਂ ਉਹ ਗੱਲ ਨਹੀਂ ਕਹਿ ਸਕਦਾ ਕਿ ਕੌਣ ਕਰੇਗਾ, ਮਗਰ ਕੋਸ਼ਿਸ਼ ਸਾਰੇ ਕਰ ਰਹੇ ਹਾਂ। ਮੈਂ ਦਿਲਜੀਤ ਨੂੰ ਦੇਖਦਾ ਹਾਂ, ਬਹੁਤ ਅੱਛਾ, ਉਸ ਦੇ ਅੰਦਰ ਵੈਰੀ ਟੈਲੈਂਟਡ। ਤੁਸੀਂ ਦਿਲਜੀਤ ਨਾਲ ਸਟੇਜ ਸਾਂਝੀ ਕੀਤੀ, ਕੋਲੈਬੋਰੇਸ਼ਨ ਦੇ ਵਿੱਚ ਤੁਸੀਂ ਉਹਨਾਂ ਨਾਲ ਸਟੇਜ ਸਾਂਝੀ ਕੀਤੀ, ਕਦੇ ਗੁਰਦਾਸ ਮਾਨ ਨੇ ਇਹ ਨਹੀਂ ਸੋਚਿਆ ਕਿ ਕੋਈ ਇਹ ਦੋ ਗਾਣਾ ਗਾਇਕੀ ਦੇ ਵਿੱਚ ਹੱਥ ਜਮਾਇਆ ਜਾਵੇ ਜਿਹੜਾ ਉਸ ਦੌਰ ਵਿੱਚ ਚੱਲਦਾ ਜਦੋਂ ਗੁਰਦਾਸ ਮਾਨ ਨਿਕਲੇ? ਇਹ ਫੈਸਲਾ ਅਟਲ ਹੈ ਜਾਂ ਕਿ ਜਾ ਕੇ ਬਦਲਣਾ ਵੀ ਹੈ? ਨਹੀਂ, ਕੋਈ ਫੈਸਲੇ ਅਟਲ ਨਹੀਂ ਹੈ, ਆਪਣੇ ਆਪ ਬਣਾਏ ਹੋਏ ਲੋਕਾਂ ਦੇ ਫੈਸਲੇ ਨੇ ਬਾਬਾ ਜੀ। ਅਸੀਂ ਫਿਲਮ ਦੇ ਵਿੱਚ ਕਿੰਨੇ ਡੂਟ ਗਾਏ ਹੋਣਗੇ, ਇਹ ਨਹੀਂ ਹੈ ਕਿ ਮਤਲਬ ਕਿਸੇ ਦੀ ਕੋਈ ਕੁੜੀ ਦੇ ਨਾਲ ਆਵਾਜ਼ ਨਹੀਂ ਦੇਣੇ। ਆਵਾਜ਼ ਸਾਂਝੀ ਕੀਤੀ ਹੈ, ਮੰਚ ਨਹੀਂ ਸਾਂਝਾ ਕੀਤਾ? ਮੰਚ 'ਤੇ ਵੀ ਕਈ ਵਾਰੀ ਕੋਈ ਆ ਜਾਂਦੇ ਬੋਲਣ ਵਾਸਤੇ, ਕੋਈ ਆਰਟਿਸਟ ਆ ਗਿਆ ਜਾਂ ਕੋਈ ਦੋ ਸ਼ਬਦ ਬੋਲਣੇ, ਬੋਲ ਪਲੀਜ਼, ਉਹਨੇ ਨੱਚਣਾ ਨੱਚ ਲਓ ਪਲੀਜ਼, ਇਹਨੇ ਕਿ ਬਹੁਤ ਵਾਰੀ ਹੋਇਆ, ਇਹ ਨਹੀਂ, ਉਹਨੂੰ ਹਮੇਸ਼ਾ ਮਾਣ ਦੇ ਕੇ ਮਤਲਬ ਜਿਹੜੀ ਗੱਲ ਕੀਤੀ ਹੈ, ਓਕੇ, ਉਹ ਆਪਣੀ ਜਗ੍ਹਾ 'ਤੇ ਠੀਕ ਹੈ, ਆਪਣੀ ਜਗ੍ਹਾ 'ਤੇ ਉਹਦਾ ਇੱਕ ਨਾਮ ਹੈ, ਤਾਂ ਕੋਈ ਵੀ ਆ ਜਾਵੇ, ਜੋ ਜੀ ਆਵੇ ਸੋ ਰਾਜ਼ੀ ਆਵੇ।
ਤੁਸੀਂ ਪੰਜੀਰੀ ਦੀ ਗੱਲ ਕੀਤੀ ਹੈ, ਚੂਰੀ ਦੀ ਗੱਲ ਕੀਤੀ ਹੈ, ਹੀਰ ਦੀ ਗੱਲ ਕੀਤੀ ਹੈ, ਧੀ ਦੀ ਗੱਲ ਕੀਤੀ ਹੈ, ਮਾਂ ਦੀ ਗੱਲ ਕੀਤੀ ਹੈ, ਕਮਲੀ ਯਾਰ ਦੀ ਕਮਲੀ, ਤੁਸੀਂ ਹਰ ਤਰ੍ਹਾਂ ਦੀ ਗੱਲ ਕੀਤੀ ਹੈ ਅਤੇ ਹਰ ਤਰ੍ਹਾਂ ਦੀ ਗੱਲ ਦੇ ਵਿੱਚ ਤੁਸੀਂ ਹਰ ਇੱਕ ਨੂੰ ਝੂਮਣ ਲਾ ਦਿੱਤਾ। ਗੁਰਦਾਸ ਮਾਨ ਨੇ ਜਦੋਂ ਖੁਦ ਝੂਮਣਾ ਹੁੰਦਾ ਤਾਂ ਗੁਰਦਾਸ ਮਾਨ ਕੀ ਕਰਦੇ ਆ? ਉਹੀ ਕਰਦੇ ਆ ਜੋ ਲੋਕਾਂ ਦੇ ਨਾਲ, ਲੋਕਾਂ ਨੂੰ ਨਚਾਉਣ ਲਈ ਖੁਦ ਨੱਚਣਾ ਪੈਂਦਾ। ਉਹੀ ਨੱਚਣਾ ਮੇਰੇ ਵਾਸਤੇ, ਨਹੀਂ ਤਾਂ ਹੋਰ ਨੱਚਣਾ, ਆਪਣੇ ਆਪ 'ਚ ਨੱਚਣਾ ਇਹੀ ਹੈ। ਜਦੋਂ ਮੈਂ ਮੰਚ 'ਤੇ ਹੁੰਦਾ ਮੈਂ ਉਹਨਾਂ ਦਾ ਹੋ ਕੇ ਨੱਚਦਾ। ਖਾਲੀ ਸਮੇਂ ਗੁਰਦਾਸ ਮਾਨ ਕੀ ਕਰਦੇ ਆ? ਲਿਖਦੇ ਆ, ਪੜ੍ਹਦੇ ਆ, ਸੁਣਦੇ ਆ, ਦੇਖਦੇ ਆ, ਖਾਂਦੇ ਆ, ਪੀਂਦੇ ਆ? ਖਾਂਦੇ ਪੀਂਦੇ ਮੈਂ ਬਹੁਤ ਘੱਟ ਖਾਂਦਾ ਪੀਂਦਾ, ਲੱਗਦਾ ਖਾਣਾ ਉਨਾ ਕੀ ਖਾਣਾ ਮੈਂ ਜਿੰਨਾ ਜ਼ਿੰਦਾ ਰਹਿਣ ਲਈ। ਬਾਕੀ ਫਾਲਤੂ ਖਾ ਕੇ ਮੈਨੂੰ ਕੁਛ ਵੀ ਹਜ਼ਮ ਨਹੀਂ ਹੁੰਦਾ, ਸਾਰੀਆਂ ਚੀਜ਼ਾਂ ਖਾ ਪੀ ਲੈਣਾ, ਪਰ ਮੈਂ ਉਨਾ ਕੀ ਖਾਣਾ ਜਿੰਨਾ ਕੁ ਮੈਨੂੰ ਜ਼ਰੂਰਤ। ਖਾਲੀ ਸਮਾਂ ਕਿਵੇਂ ਬਤੀਤ ਕਰਦੇ ਹੋ? ਮੈਂ ਹੁਣ ਇਸ ਇੰਟਰਵਿਊ ਨੂੰ ਸਮਾਪਤ, ਖਾਲੀ ਸਮਾਂ ਹੁੰਦਾ ਹੀ ਨਹੀਂ, ਕਦੇ ਕੋਈ ਆ ਕੇ ਬਹਿ ਜਾਂਦਾ, ਕਦੇ ਕੋਈ ਆ ਕੇ ਬਹਿ ਜਾਂਦਾ, ਖਾਲੀ ਸਮਾਂ ਕੋਈ ਨਾ ਕੋਈ ਗੱਲਬਾਤ ਚੱਲਦੀ ਰਹਿੰਦੀ ਹੈ, ਜਾਂ ਆਪਣੇ ਆਪ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ, ਜਾਂ ਉਸ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ, ਕਦੇ ਯਾਰ ਦੀ ਗੱਲ, ਪਿਆਰ ਦੀ ਗੱਲ, ਸੰਸਾਰ ਦੀ ਗੱਲ, ਇਹ ਕਿੱਥੇ ਮੁੱਕਦੀਆਂ ਬਾਬਾ ਜੀ? ਘਰਾਂ ਦੇ ਨਾ ਮੁੱਕਣ ਝੰਬੇਲੇ, ਚੱਲੀਏ ਜਰਗ ਦੇ ਮੇਲੇ, ਹੈਨਾ? ਗੁਰਦਾਸ ਮਾਨ ਹੋਰਾਂ ਨੂੰ ਝੰਬੇਲੇ ਹੈਗੇ ਘਰੇ ਕੋਈ? ਮੈਡਮ ਕੁਛ ਕਹਿੰਦੇ ਹੁਣ ਮਨਜੀਤ ਮਾਨ ਜੀ? ਨਹੀਂ, ਮਨਜੀਤ ਮਾਨ ਤੋਂ ਇਲਾਵਾ ਸਾਰੇ ਸਬਜ਼ੀ ਸੁਬਜ਼ੀ ਤਾਂ ਨਹੀਂ ਲਿਆਉਣੀ ਪੈਂਦੀ ਗੁਰਦਾਸ ਮਾਨ ਨੂੰ? ਹਾਂਜੀ, ਸਬਜ਼ੀ ਸੁਬਜ਼ੀ ਤਾਂ ਲਿਆਉਣੀ ਪੈਂਦੀ ਮਾਨ ਸਾਹਿਬ ਨੂੰ? ਹਾਂ, ਮੈਨੂੰ ਲਿਆਉਣੀ ਪੈਂਦੀ ਹੈ ਸਬਜ਼ੀ, ਲਿਆਉਣੀ। ਹਾਂਜੀ, ਮੈਂ ਖੇਤ 'ਚੋਂ ਲੈ ਕੇ ਆਉਣਾ, ਜਦੋਂ ਮੈਂ ਪੰਜਾਬ ਜਾਂਦਾ ਉਹ ਖੇਤ 'ਚੋਂ ਲੈ ਕੇ ਜਾਂਦਾ। ਸਾਗ ਕਦੇ ਕਦੇ ਇੱਥੋਂ ਫੜਾ ਦਿੰਦੇ ਹਾਂ, ਕਦੇ ਕਦੇ ਬਣਿਆ ਫੜਾ ਦਿੰਦੇ, ਮੈਂ ਲੈ ਜਾਂਦਾ ਡੋਲੂ ਭਰ ਕੇ ਸਾਗ। ਹਾਂ, ਜੇ ਮੈਨੂੰ ਕਦੇ ਉੱਥੇ ਏਅਰ ਹੋਸਟਸ ਕਹਿਣਗੇ ਵੀ ਮਤਲਬ ਸਾਨੂੰ ਵੀ ਦੇ ਦਿਓ ਥੋੜ੍ਹਾ ਜਿਹਾ, ਤੁਸੀਂ ਵੀ ਲੈ ਲਓ ਭਾਈ। ਗੁਰਦਾਸ ਮਾਨ ਨੂੰ ਸਾਗ ਪਸੰਦ ਹੈ, ਇੱਕ ਚੁਟਕਲਾ ਬਣ ਗਿਆ ਸੀਗਾ ਮੇਰਾ, ਸਰੋਂ ਦਾ ਸਾਗ ਸਰੋਂ ਦਾ ਸਾਗ ਹੋਵੇ, ਉਹ ਵੀ ਤੁਸੀਂ ਗਾਇਆ ਹੈਗਾ। ਇੱਕ ਬਣ ਗਿਆ ਸੀ ਵੀ ਤੁਸੀਂ ਡਿਊਟ ਵੱਲ ਪਾਸੇ ਨਹੀਂ ਜਾ ਰਹੇ, ਸਾਰੇ ਕਹਿੰਦੇ ਸੀ ਵੀ ਸਾਗ 'ਚ ਆਲੂ ਨਹੀਂ ਪੈਂਦਾ ਗਾ, ਇਹ ਬੜਾ ਵਾਇਰਲ ਹੋਇਆ ਸੀਗਾ। ਗੁਰਦਾਸ ਮਾਨ ਉਹ ਸਾਗ ਹੈ ਜਿਹੜਾ ਸਿੱਧਾ ਖੇਤਾਂ 'ਚੋਂ ਆਇਆ, ਗਿੱਦੜਵਾ ਦੀਆਂ ਗਲੀਆਂ ਤੋਂ ਗਲੋਬਲੀ ਹੋਇਆ। ਮੇਰੇ ਸਾਹਿਬ, ਥੈਂਕ ਯੂ ਸੋ ਮਚ। ਤਾਂ ਗੁਰਦਾਸ ਮਾਨ ਨੂੰ ਅਸੀਂ ਕਿੱਥੇ ਜਾ ਕੇ ਪ੍ਰਭਾਸ਼ਿਤ ਕਰੀਏ, ਕਿੱਥੇ ਜਾ ਕੇ ਇੰਟਰਵਿਊ ਸਮਾਪਤ ਕਰੀਏ? ਸਾਨੂੰ ਲੱਗਦਾ ਕਿ ਖੇਤਾਂ 'ਚ ਸਮਾਪਤ ਕਰ ਦਿਓ, ਉਸ ਮਿੱਟੀ 'ਚ ਹੀ, ਉਸੇ ਮਿੱਟੀ ਦੀ ਗੱਲ। ਹਾਂ ਜੀ, ਹਾਂ, ਮਿੱਟੀ ਦੀ ਇਹ ਚੀਜ਼ ਨਹੀਂ, ਜਿੰਦੇ ਮਿੱਟੀ ਰਹੋ, ਚਿੱਟੀ ਹੋਣ ਦੀ ਕੋਸ਼ਿਸ਼ ਨਾ ਕਰੋ, ਮਿੱਟੀ ਰਹੋ, ਜਦ ਮਿੱਟੀਏ ਮਿੱਟ ਮਿੱਟ ਕੇ ਤੂੰ ਮਿੱਟ ਜਾਵੇਂਗੀ, ਫਿਰ ਮਿੱਟੀਏ ਮਿੱਟ ਜਾਣ ਦਾ ਰੁਤਬਾ ਪਾਵੇਂਗੀ। ਇੱਕ ਵਾਰੀ ਦੀ ਮਿੱਟੀ ਨਾ ਮਿੱਟਣ 'ਚ ਆਵੇਂਗੀ, ਮਰ ਜਾਣੇ ਦੇ ਵਾਂਗੂ ਇਹੀ ਉਹ ਗਾਵੇਂਗੀ, ਨਹੀਂ ਮਿੱਟੀਏ ਵਾਹ ਲੱਗਿਆ ਉੱਡ ਜਾਣਾ। ਮਾਨ ਸਾਹਿਬ, ਤੁਹਾਡੇ ਸਰੋਤੇ, ਤੁਹਾਡੇ ਦਰਸ਼ਕ ਤੁਹਾਡੇ ਤੋਂ ਕਦੇ ਨਾਰਾਜ਼ ਨਹੀਂ ਹੁੰਦੇ, ਕਿਉਂਕਿ ਤੁਹਾਡੀ ਕੋਈ ਚੀਜ਼ ਫਲੋਪ ਹੁੰਦੀ ਨਹੀਂ ਕਦੇ? ਨਾਰਾਜ਼ ਹੋ ਜਾਂਦੇ ਕਈ ਵਾਰੀ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ, ਚੱਲਦੇ ਚੱਲਦੇ ਤੁਸੀਂ ਬਹੁਤ ਜਲਦੀ ਦੇ ਵਿੱਚ ਹੈ, ਔਰ ਕੋਈ ਰਿਕੁਐਸਟ ਕਰ ਬੈਠੇ ਕਿ ਯਾਰ ਪਲੀਜ਼ ਖੜ੍ਹ ਕੇ ਜਰਾ ਮਿਲ ਕੇ ਜਾਈਏ, ਮੇਰੇ ਬੰਦੇ ਆਉਣ ਵਾਲੇ ਹੈ, ਇੰਨੇ 'ਚ ਤਾਂ ਦੁਨੀਆ ਬਹੁਤ ਕਿਤੇ ਨਿਕਲ ਜਾਂਦੀ ਹੈ। ਪਰ ਉਹ ਫਿਰ ਕਈ ਵਾਰੀ ਸ਼ਾਇਦ ਮਾਈਂਡ ਕਰਦੇ ਹੋਣਗੇ, ਮੈਂ ਸੋਚ ਤੁਰਿਆ ਜਾਂਦਾ, ਸੋਚਦਾ ਹੁੰਦਾ ਯਾਰ ਪਤਾ ਨਹੀਂ ਕੀ ਸੋਚ ਰਿਹਾ ਹੋਣਾ ਯਾਰ, ਉਹ ਚੀਜ਼ ਤੋਂ ਫਿਰ ਮੈਨੂੰ ਥੋੜ੍ਹਾ ਜਿਹਾ ਦੁੱਖ ਲੱਗਦਾ ਆਪਣੇ ਆਪ, ਕਿ ਮੈਂ ਕਿਸੇ ਨੂੰ ਤਕਲੀਫ ਦੇ ਕੇ ਰਾਜੀ ਨਹੀਂ, ਔਰ ਮੈਂ ਕਿਸੇ ਨੂੰ ਖਾਲੀ ਮੋੜ ਕੇ ਰਾਜੀ ਨਹੀਂ, ਇਹ ਚੀਜ਼ਾਂ। ਪਰ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਕਿ ਤੁਹਾਨੂੰ ਉਹ ਉਹਨਾਂ 'ਚੋਂ ਪਾਰ ਲੰਘਣਾ ਪੈਂਦਾ। ਜੇ ਤੁਹਾਨੂੰ ਕੋਈ ਤਕਲੀਫ ਦਿੰਦਾ ਫਿਰ? ਮੈਨੂੰ ਕੋਈ ਤਕਲੀਫ ਨਹੀਂ, ਕਈ ਉਦੋਂ ਮੈਨੂੰ ਪਤਾ ਸੋਸ਼ਲ ਮੀਡੀਆ ਵਾਲੇ ਉਹ ਤਾਂ ਮੈਨੂੰ ਉਹ ਚੀਜ਼ ਦਾ ਮੈਨੂੰ ਪਤਾ ਕਿ ਇਹ ਕੀ ਉਹ ਚੀਜ਼ ਨਹੀਂ ਜਾਣਦਾ, ਇਸ ਕਰਕੇ ਮਾਫੀ ਹੈ। ਉਹਨਾਂ ਨੇ ਉਦੋਂ ਵੀ ਸਵਾਲ ਖੜੇ ਕੀਤੇ ਸੀ ਗੁਰਿਕ ਮਾਨ, ਗੁਰਿਕ ਜੀ ਮਾਨ, ਹਾਂਜੀ ਹਾਂਜੀ, ਜਦੋਂ ਉਹਨਾਂ ਨੇ ਐਲਬਮ ਤਿਆਰ ਕੀਤੀ ਸੀ ਉਦੋਂ ਵੀ ਸਵਾਲ ਖੜੇ ਕੀਤੇ ਸੀ, ਉਹਨਾਂ ਨੂੰ ਖਤਰਾ ਸੀ ਇੱਕ ਹੋਰ ਗੁਰਦਾਸ ਮਾਨ ਆ ਰਿਹਾ, ਕੋਈ ਇਹੋ ਜਿਹਾ ਖਤਰਾ ਮਹਿਸੂਸ ਹੋਇਆ ਸੀ ਉਹਨਾਂ ਨੂੰ? ਹਰ ਬੰਦੇ ਨੂੰ ਹੁੰਦੀ ਹੈ ਜੈਲਸ ਜਿਹੜੀ ਹੈ, ਕਿਤੇ ਇਹਨੂੰ ਖਤਮ ਨਹੀਂ ਕਰ ਸਕਦੇ ਬਾਬਾ, ਕਿਸੇ ਨੂੰ ਤੁਸੀਂ ਇਸ ਪਾਸੇ ਤੋਂ ਰੋਕ ਨਹੀਂ ਸਕਦੇ ਕਿ ਕੋਈ ਬੰਦਾ ਤੁਹਾਨੂੰ ਪਿਆਰ ਵੀ ਕਰਦਾ ਔਰ ਹੋ ਸਕਦਾ
ਕਿਸੇ ਤੋਂ ਨਫ਼ਰਤ ਵੀ ਕਰਦਾ ਹੋਵੇ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ, ਇਹ ਚੀਜ਼ਾਂ ਵੀ ਹੁੰਦੀਆਂ ਹਨ। ਜੈਲਸੀ ਮਤਲਬ ਜਿਹੜੀ ਜੈਲਸੀ, ਕਿਤੇ ਇਸ ਨੂੰ ਖਤਮ ਨਹੀਂ ਕਰ ਸਕਦੇ, ਸਾਨੂੰ ਇਹ ਚਰਚਾ ਸਮਾਪਤ ਕਰਨੀ ਪਊਗੀ। ਹੁਣ ਵੈਸੇ ਅਸੀਂ ਖਤਮ ਤਾਂ ਨਹੀਂ ਕਰ ਸਕਦੇ, ਤੁਸੀਂ ਸਹੀ ਕਿਹਾ, ਜੈਲਸੀ ਨਹੀਂ ਖਤਮ ਕਰ ਸਕਦੇ, ਪਰ ਇਹ ਚਰਚਾ ਸਮਾਪਤ ਕਰਨੀ, ਕਿਉਂਕਿ ਸਮੇਂ ਦੀ ਨਜ਼ਾਕਤ ਹੈ। ਵੈਸੇ ਮਾਨ ਸਾਹਿਬ ਤੁਹਾਡੇ ਨਾਲ ਹੋਰ ਵੀ ਗੱਲਾਂ ਕਰਨ ਨੂੰ ਮਨ ਕਰਦਾ ਪਿਆ, ਪਰ ਤੁਹਾਡੇ ਨਾਲ ਕੋਈ ਨਾਰਾਜ਼ ਨਹੀਂ ਹੋਊਗਾ, ਮੇਰੇ ਨਾਲ ਨਾਰਾਜ਼ ਹੋ ਜਾਣਗੇ ਮੇਰੇ ਸਰੋਤੇ ਦਰਸ਼ਕ, ਜੇ ਮੈਂ ਮਾਨ ਸਾਹਿਬ ਤੋਂ ਕੁਛ ਸੁਣਿਆ ਨਾ ਤਾਂ। ਹਾਂ, ਬਹੁਤ ਕੁਛ ਤੁਸੀਂ ਸੁਣ ਲਿਆ, ਸੋ ਮੇਰਾ ਇੰਨਾ ਹੀ ਕਬੂਲ ਫਰਮਾਇਓ, ਕਿਉਂਕਿ ਹਰ ਚੀਜ਼ ਦਾ ਇੱਕ ਜਿਹੜਾ ਨਾ ਸੁਰਾਂ ਦੇ ਵਿੱਚ ਸੁਣਨਾ ਚਾਹੁੰਦਾ ਮੈਂ, ਬਹੁਤ ਜ਼ਰੂਰੀ ਆ। ਠੀਕ ਹੈ, ਸੰਜੀਦਾ ਇੰਟਰਵਿਊ ਸੀਗੀ, ਸੰਜੀਦਾ ਸਵਾਲ ਕਰਨੇ ਬਣਦੇ ਸੀਗੇ, ਪਰ ਕੋਈ ਸੰਜੀਦਗੀ ਵਾਲਾ ਕੁਛ ਸੁਣਾ ਦਿਓ। ਮੈਂ ਕਿਸੇ ਦਿਨ ਨਹੀਂ ਤਾਂ ਮੈਨੂੰ ਉਲਾਂਭਾ ਮਿਲ, ਨਹੀਂ ਕੋਈ ਉਲਾਂਭੇ ਨਹੀਂ, ਇੱਟਾਂ ਦੇ ਉਲਾਂਭੇ ਹੋਣਗੇ, ਕਾਹਨੂੰ ਵਿਹੜੇ 'ਚ ਲਵਾ ਲਈ ਮੇਰੀ, ਕੋਈ ਗੱਲ ਨਹੀਂ, ਫਿਰ ਸੁਣਾਵਾਂਗੇ। ਬਹੁਤ ਪਿਆਰ ਸਤਿਕਾਰ ਤੁਹਾਨੂੰ ਸਾਰਿਆਂ ਨੂੰ, ਹੱਥ ਜੋੜ ਕੇ ਬੇਨਤੀ ਹੈ, ਦਰ ਪ੍ਰਵਾਨ ਕਰਨਾ। ਕੋਈ ਸੁਨੇਹਾ ਦੇਣਾ ਚਾਹੁੰਦੇ ਦਰਸ਼? ਸੁਨੇਹਾ ਇਸ ਤੋਂ ਵੱਡਾ ਕੀ ਹੈ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿੰਦਾ, ਮੇਰਾ ਖਿਆਲ ਹੈ ਇਸੇ ਦੇ ਨਾਲ ਗੱਲ। ਚਲੋ, ਇਹ ਵੀ ਪੀ ਲੈਂਦੇ ਨਾਲ। ਥੈਂਕ ਯੂ, ਥੈਂਕ ਯੂ, ਜੈ। ਬਹੁਤ ਸ਼ੁਕਰੀਆ ਗੁਰਦਾਸ ਮਾਨ ਸਾਹਿਬ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਤੁਹਾਡਾ ਧੰਨਵਾਦ ਕਰਨ ਦੇ ਲਈ। ਮੈਂ ਖੁਦ ਤੁਹਾਡੇ ਤੋਂ ਪਹਿਲਾਂ ਮਾਫ਼ੀ ਮੰਗ ਲੈਂਦਾ ਕਿ ਜੇ ਮੈਂ ਸ਼ਾਇਦ ਕੋਈ ਇਹੋ ਜਿਹੇ ਸਵਾਲ ਕਰ ਲਏ ਹੋਣ ਜਿਹੜੇ ਤੁਹਾਨੂੰ ਚੰਗੇ ਨਾ ਲੱਗੇ ਹੋਣ, ਪਰ ਮੈਂ ਇਹਨਾਂ ਸਰੋਤਿਆਂ ਲਈ ਕੀਤੇ, ਕਿਉਂਕਿ ਇਹਨਾਂ ਦੇ ਮਨਾਂ 'ਚ ਜਿਹੜੇ ਵਲਵਲੇ ਸੀਗੇ ਮੈਂ ਉਹ ਪੁੱਛਣੇ ਜ਼ਰੂਰ ਸੀਗੇ। ਅਤੇ ਤੁਸੀਂ ਇਵੇਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੋ, ਥੈਂਕ ਯੂ, ਮਾਣ ਹੋਰ ਵਧਾਉਂਦੇ ਰਹੋ। ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ। ਥੈਂਕ ਯੂ ਮਾਨ। ਗੁਰਦਾਸ ਮਾਨ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ, ਗੁਰਦਾਸ ਮਾਨ ਸਾਹਿਬ ਨੇ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਹੈ, ਕਿਉਂਕਿ ਦਿਲ ਦੇ ਬਹੁਤ ਨੇੜੇ ਆ ਇਹ, ਚਾਹੇ ਦਿਲ ਦੇ ਮਾਮਲੇ ਦੀ ਗੱਲ ਹੋਵੇ, ਚਾਹੇ ਮਾਮਲਾ ਗੜਬੜ ਦੀ ਗੱਲ ਹੋਵੇ, ਚਾਹੇ ਹੋਰ ਦਿਲ ਦੀਆਂ ਗੱਲਾਂ ਕਰਨੀਆਂ, ਹਰ ਦਿਲ ਦੀ ਗੱਲ ਮਾਨ ਸਾਹਿਬ ਜਾਣਦੇ ਆ, ਪਰ ਮਾਨ ਸਾਹਿਬ ਦੇ ਦਿਲ ਦੀਆਂ ਗੱਲਾਂ ਸਾਰੇ ਨਹੀਂ ਜਾਣਦੇ। ਅਸੀਂ ਕੋਸ਼ਿਸ਼ ਕੀਤੀ ਆ ਕਿ ਮਾਨ ਸਾਹਿਬ ਦੇ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਆਂ ਜਾਣ, ਅਤੇ ਮਾਨ ਸਾਹਿਬ ਦੇ ਸਾਰੀਆਂ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਨਹੀਂ ਪਹੁੰਚਾ ਸਕਦੇ, ਉਹਦੇ ਲਈ ਮਾਫ਼ੀ। ਬਹੁਤ ਧੰਨਵਾਦ।